ਇੱਕ ਬੇਨਤੀ ਹੈ ਕਿ ਗਰਮੀ ਬਹੁਤ ਹੈ, ਸਭ ਨੂੰ ਪਤਾ, ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ, ਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ, ਵੱਡੇ ਕੂਲਰ, ਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਵਿੱਚ ਇੱਕ ਕੂਲਰ ਆਉਂਦਾ, ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਕੋਈ ਕਰਨੀ ਚਾਹੇ, ਸਕੈਨ ਕੋਡ ਚੱਲਦੇ ਆ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ, ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ ਤਾਂ ਜੋ ਰਸੀਦ ਸਤਿਕਾਰ ਤੁਹਾਨੂੰ ਭੇਜਿਆ ਜਾਵੇ। ਕਈ ਵਾਰੀ QR ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ, 1000 ਰੁਪਏ ਤੋਂ ਵੱਧ ਨਹੀਂ ਪੈਂਦੀ। ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ, ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ, ਉਹ ਤੁਹਾਨੂੰ ਉਹ ਜਿਹੜਾ ਸਕੈਨ 25 ਵਾਰੀ ਕਰਨਾ ਪੈਣਾ ਹੈ, 2 ਮਿੰਟ ਦਾ ਕੰਮ, 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ ਜੋ QR ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ। ਤੇ ਕੋਈ ਪ੍ਰੇਮੀ ਇੱਕ ਕੂਲਰ ਦੀ 2 ਕੂਲਰਾਂ ਦੀ ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ, ਉਹਨਾਂ 'ਚ ਪਾ ਦਿਓ। ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ, ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ, ਜਿਵੇਂ ਤੁਹਾਡਾ ਦਿਲ ਕਰੇ ਅੱਜ ਭਾਵੇਂ ਕੱਲ੍ਹ, ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ, ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ, ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ। ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ, ਇਹ ਤਾਂ ਬਾਬਾ ਜਾਣਦਾ। ਆਖੋ ਧੰਨ ਬਾਬਾ, ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ, ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ। ਅਤੇ ਇਹ ਮੇਰੀ ਬੇਨਤੀ, ਪ੍ਰਮਾਣ ਜ਼ਰੂਰ ਕਰਿਓ, ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ, ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ, ਔਰ ਇਸੇ ਸੰਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ, ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ, ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ, ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ ਯੂਟਿਊਬ ਚੈਨਲ ਨੇ, ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੱਡੀ ਚੀਜ਼ ਸਿੱਖ ਕੇ ਜਾਣੀ ਗੁਰੂ ਦਾ ਸ਼ੁਕਰਾਨਾ ਕਰਨ ਦੀ, ਵੱਡੀ ਚੀਜ਼।
ਮੈਂ ਰਾਤੀ ਵੀ ਬੇਨਤੀ ਕੀਤੀ ਸੀ ਸੀਸਗੰਜ ਸਾਹਿਬ, ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ। ਪਿਓ ਨੇ ਮੰਨ ਲਓ ਬੱਚੇ ਨੂੰ ਰਾਸ ਪਾ ਕੇ ਦਿੱਤੀ 10 ਲੱਖ ਦੀ, 5 ਲੱਖ ਦੀ, 20 ਲੱਖ ਦੀ, ਜਿੰਨੀ ਉਹਦੀ ਸਮਰੱਥਾ ਸੀ। ਤੇ ਪੁੱਤਰ ਸੀ ਸਿਆਣਾ, ਉਹਨੇ ਕੀਤਾ ਕਿ ਮਿਹਨਤ ਲਾਈ, ਪੈਸਾ ਸਹੀ ਯੂਜ ਕਰਨਾ ਸ਼ੁਰੂ ਕੀਤਾ, ਕੁਝ ਮਹੀਨਿਆਂ ਵਿੱਚ 10 ਤੋਂ 12 ਲੱਖ ਬਣਾਤਾ। ਬਾਪੂ ਬੜਾ ਖੁਸ਼ ਹੋਇਆ ਕਿ ਇਹਨੂੰ ਤਰੀਕੇ ਨਾਲ ਵਰਤਣਾ ਆ ਗਿਆ, ਚੱਲ 10 ਹੋਰ ਦੇਣਾ ਇਹਨੇ। ਆਖੋ ਧੰਨ ਗੁਰੂ ਰਾਮਦਾਸ। ਉਹਨੇ ਜਦੋਂ ਉਸ ਮਾਇਆ ਨੂੰ ਹੋਰ ਵਧਾਉਣਾ ਸ਼ੁਰੂ ਕੀਤਾ ਤੇ ਬਾਪ ਨੇ ਆਪਣੇ ਅੰਦਰ ਫੈਸਲਾ ਕੀ ਲੈ ਲਿਆ, ਇਹ ਲਾਇਕ ਪੁੱਤਰ ਹੈ ਮੇਰਾ, ਸਾਰੀ ਚੀਜ਼ ਸਹੀ ਇਸਤੇਮਾਲ ਕਰਦਾ, ਜਿੰਨੀ ਜ਼ਮੀਨ ਜਾਇਦਾਦ ਮੇਰੀ ਅੱਜ ਤੋਂ ਇਹ ਮੇਰੀ ਨਹੀਂ, ਇਹਦੀ ਹੋ ਗਈ। ਆਖੋ ਧੰਨ ਗੁਰੂ ਰਾਮਦਾਸ ਜੀ। ਆਪਣਾ ਸਭ ਕੁਝ ਆਪਣੇ ਉਸ ਲਾਇਕ ਪੁੱਤਰ ਨੂੰ ਦੇ ਦਿੰਦਾ। ਤੇ ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਕੋਲੋਂ ਦਾਤਾਂ ਲੈ ਕੇ ਨਿਤਨੇਮ ਵਧਾ ਕੇ ਉਹਦਾ ਸ਼ੁਕਰਾਨਾ ਕਰੀ ਜਾਂਦਾ, ਸ਼ੁਕਰਾਨਾ ਕਰੀ ਜਾਂਦਾ, ਦਾਤਾ ਹੋਰ ਦਾਤਾਂ ਨਾਲ ਝੋਲੀਆਂ ਭਰੀ ਜਾਂਦਾ, ਤੇ ਇੱਕ ਦਿਨ ਆਉਂਦਾ ਆਪਣੇ ਉਸ ਲਾਇਕ ਸਿੱਖ ਨੂੰ ਦਰਗਾਹ ਦੀਆਂ ਚਾਬੀਆਂ ਦੇ ਕੇ ਆਪਣੇ ਘਰ ਦਾ ਮਾਲਕ ਬਣਾ ਦਿੰਦਾ ਹੈ। ਸੋਨਹਾਲ ਸਤ ਸ੍ਰੀ ਅਕਾਲ। ਲਾਇਕ ਪੁੱਤ ਜਿਹਨੂੰ ਮਾਲਕ ਬਣਾਇਆ ਉਹਦੇ ਜੇ ਦਰਸ਼ਨ ਕਰਨੇ ਹੋਣ ਤੇ ਸਾਹਮਣੇ ਸਰੂਪ ਲੱਗਾ, ਕਹਿ ਦਿਓ ਧੰਨ ਬਾਬਾ ਦੀਪ ਸਿੰਘ ਜੀ। ਏਡੇ ਲਾਇਕ ਪੁੱਤਰ ਗੁਰੂ ਰਾਮਦਾਸ ਨੇ ਜਦੋਂ ਵੇਖਿਆ ਕਿ ਇਹ ਬਾਬੇ ਨੇ, ਤੇ ਪਰਵਾਹ ਹੀ ਨਹੀਂ ਕੀਤੀ, ਆਪਣੇ ਸਿਰ ਧੜ ਦੀ ਵੀ ਬਾਜੀ ਲਾ ਦਿੱਤੀ, ਹੈਂਜੀ ਆਪਣਾ ਸੀਸ ਵੀ ਮੇਰੇ ਲਈ ਭੇਟਾ ਚੜਾ ਦਿੱਤਾ, ਇੰਨਾ ਲਾਇਕ ਪੁੱਤ ਮੇਰਾ। ਤੇ ਗੁਰੂ ਰਾਮਦਾਸ ਕਲਗੀਧਰ ਪਿਤਾ ਨੇ ਤਰੁੱਟ ਕੇ ਦਰਗਾਹ ਦੀਆਂ ਇਹੋ ਜਿਹੀਆਂ ਚਾਬੀਆਂ ਦਿੱਤੀਆਂ, ਉਹ ਦੀਪ ਸਿੰਘ ਅੱਜ ਤੋਂ ਖੀਸਾ ਮੇਰਾ ਤੇ ਹੱਥ ਮੇਰੇ, ਖਜ਼ਾਨੇ ਵਿੱਚੋਂ ਜਿਹਨੂੰ ਜੋ ਕੁਝ ਮਰਜ਼ੀ ਦੇਵੀ ਜਾਈ, ਮੈਂ ਕਦੀ ਤੇਰੀ ਬਾਂਹ ਨਹੀਂ ਫੜਾਂਗਾ, ਕਦੀ ਤੇਰਾ ਹੱਥ ਨਹੀਂ ਫੜਾਂਗਾ। ਗੁਣਵਾਨਾਂ ਦੀਆਂ ਝੋਲੀਆਂ ਭਰਨੀਆਂ ਤੇਰੀ ਮਰਜ਼ੀ, ਔਗਣੇ ਆਰਿਆਂ ਨੂੰ ਵੀ ਖਾਲੀ ਨਹੀਂ ਮੋੜਨਾ, ਤੇਰੀ ਮਰਜ਼ੀ। ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਕਿੰਨਾ ਕਿੰਨਾ ਨੇਮ ਕਰਦੇ ਝੋਲੀਆਂ ਉਹਨਾਂ ਦੀਆਂ ਵੀ ਭਰਨੀਆਂ ਨੇ, ਤੇ ਜਿਹੜੇ ਕੱਖ ਨਹੀਂ ਕਰਦੇ ਖਾਲੀ ਤੂੰ ਉਹਨਾਂ ਨੂੰ ਵੀ ਨਹੀਂ ਮੋੜਿਆ ਕਰਨਾ, ਮੈਂ ਤੈਨੂੰ ਚਾਬੀਆਂ ਇਹੋ ਜਿਹੀਆਂ ਦੇ ਦਿੱਤੀਆਂ, ਤੇ ਅੱਜ ਉਹ ਚਾਬੀਆਂ ਤੁਸੀਂ ਪ੍ਰਤੱਖ ਵੇਖਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵੱਡਾ ਅੱਜ ਖਜ਼ਾਨਾ ਲੈ ਕੇ ਜਾਣਾ ਚੁਪਹਿਰੇ ਦੇ ਵਿੱਚੋਂ, ਵੱਡੀ ਕਿਰਪਾ ਲੈ ਕੇ ਜਾਣੀ, ਵੱਡੀ ਸਿੱਖਿਆ ਲੈ ਕੇ ਜਾਣੀ ਸ਼ੁਕਰਾਨੇ ਦੀ। ਹੁਣ ਧਿਆਨ ਦੇਣਾ, ਥੋੜੇ ਜਿਹੇ ਮਿੰਟ ਮੈਂ ਤੁਹਾਡੇ ਹੋਰ ਲੈਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੇ ਮਨ ਦੀ ਭਾਵਨਾ, ਜਦੋਂ ਸਮਾਪਤੀ ਤੋਂ ਬਾਅਦ ਅੱਜ ਤੁਸੀਂ ਘਰਾਂ 'ਚ ਪਹੁੰਚੋ, ਘਰਾਂ 'ਚ ਬਾਅਦ 'ਚੋਂ ਪਹੁੰਚੋ, ਬਾਬਾ ਦੀਪ ਸਿੰਘ ਦੀਆਂ ਮੁੱਠਾਂ ਪਹਿਲੇ ਖੁੱਲੀਆਂ ਹੋਣ। ਮੇਰੇ ਮਨ ਦੀ ਭਾਵਨਾ ਹੈ, ਇਸ ਕਰਕੇ ਥੋੜੇ ਜਿਹੇ ਮਿੰਟ ਮਨਾਂ ਨੂੰ ਟਿਕਾ ਕੇ ਬਹਿਣਾ। ਬੇਸ਼ੱਕ ਗਰਮੀ ਹੈ, ਗਰਮੀ ਸਰਦੀ ਮੌਸਮ ਦੀ ਇਹ ਪਰਵਾਹ ਨਹੀਂ ਕਰਨੀ। ਮੈਂ ਜਿਵੇਂ ਤੁਸੀਂ ਪਹਿਲੇ ਕਿਹਾ, ਤੁਸੀਂ ਗਰਮੀ ਦੀ ਪਰਵਾਹ ਨਾ ਕਰਿਓ, ਬਾਬਾ ਸਾਡੇ ਗੁਣ ਔਗਣਾਂ ਦੀ ਪਰਵਾਹ ਨਹੀਂ ਕਰੇਗਾ। ਇਹ ਨਹੀਂ ਵੇਖੇਗਾ ਕਿੰਨੇ ਮਾੜੇ ਕੰਮ ਕਰਦਾ, ਕਿੰਨੇ ਚੰਗੇ ਕੰਮ ਕਰਦਾ। ਬਾਬੇ ਨੇ ਤਾਂ ਬਸ ਇਹ ਵੇਖਣਾ, ਪਿਆਰ 'ਚ ਆ ਕੇ ਬਹਿ ਜਾਂਦਾ, ਜਦੋਂ ਬਹਿੰਦਾ ਤੇ ਮੈਨੂੰ ਮੁੱਠਾਂ ਖੋਲਣੀਆਂ ਪੈਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਗੱਲ ਸੁਣਿਓ ਧਿਆਨ ਨਾਲ, ਇਹ ਮੈਂ ਘਰੇਲੂ ਲੈਵਲ ਦੀਆਂ ਗੱਲਾਂ ਕਰਨ ਲੱਗਾ, ਤੇ ਘਰੇਲੂ ਲੈਵਲ ਤੋਂ ਅਸੀਂ ਆ ਘਰ ਦੇ ਵਿੱਚ ਆ ਜਾਣਾ, ਬਾਪੂ ਦੇ ਆਪਣੇ ਦੁਨਿਆਵੀ ਘਰ ਤੋਂ ਬਾਪੂ ਦੇ ਘਰ ਤੇ ਉੱਤੇ ਆਉਣਾ ਆਪਾਂ। ਹੁਣ ਸੁਣਿਓ, ਮੰਨ ਲਓ ਕਿਸੇ ਨਾਲ ਰਿਸ਼ਤੇ 'ਚ ਕੋਈ ਸਾਡਾ ਇਸ਼ੂ ਹੋ ਗਿਆ, ਕੋਈ ਮਿਸਅੰਡਰਸਟੈਂਡਿੰਗ ਹੋ ਗਈ ਘਰੇਲੂ ਤੌਰ 'ਤੇ,
ਨਹੀਂ ਵਿਚਾਰ ਰਲ ਰਹੇ ਉਹਦੇ ਨਾਲ, ਕਿਸੇ ਨਾਲ ਰਿਸ਼ਤੇ ਦੇ ਵਿੱਚ ਕੋਈ ਇਸ਼ੂ ਹੋ ਗਿਆ, ਮਿਸਅੰਡਰਸਟੈਂਡਿੰਗ ਹੋ ਗਈ, ਤੇ ਅਸੀਂ ਕਈ ਵਾਰੀ ਇੰਨੀ ਗੱਲ ਕਹਿੰਦੇ ਹਾਂ ਨਾ, ਮੈਂ ਜੋ ਕੁਝ ਵੀ ਮਰਜ਼ੀ ਕਰ ਲਵਾਂ, ਇਹਨੂੰ ਤੇ ਮੇਰਾ ਕੁਝ ਵੀ ਕੀਤਾ ਚੰਗਾ ਨਹੀਂ ਲੱਗਦਾ। ਖੁਦ ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਇੱਕ ਚੀਜ਼ ਹੋਰ ਕ੍ਰੀਏਟ ਕਰਦੇ ਆ, ਪਤਾ ਨਹੀਂ ਇਹਨੂੰ ਮੇਰੇ ਨਾਲ ਕੀ ਪ੍ਰੋਬਲਮ ਹੈ, ਮੈਂ ਜੋ ਕੁਝ ਵੀ ਕਰਦਾ ਇਹਨੂੰ ਚੰਗਾ ਹੀ ਨਹੀਂ ਲੱਗਦਾ, ਪਤਾ ਨਹੀਂ ਇਹਨੂੰ ਮੇਰੇ ਨਾਲ ਕੀ ਪ੍ਰੋਬਲਮ ਹੈ, ਇਹਦੇ ਅੰਦਰ ਮੇਰੇ ਪ੍ਰਤੀ ਕੀ ਚੱਲਦਾ, ਇਹਨੂੰ ਤੇ ਬਸ ਮੇਰੇ ਦੋਸ਼ ਵਿਖਾਈ ਦਿੰਦੇ ਨੇ, ਮੇਰੇ ਗੁਣ ਨਹੀਂ ਵੇਖਦੇ। ਕਈ ਵਾਰੀ ਅਸੀਂ ਇੱਦਾਂ ਕਹਿੰਦੇ ਹਾਂ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਅਸੀਂ ਇਹ ਸੋਚਾਂਗੇ ਨਾ ਕਿ ਇਹਨੂੰ ਮੇਰੇ ਨਾਲ ਪਤਾ ਨਹੀਂ ਕੀ ਪ੍ਰੋਬਲਮ ਹੈ, ਤੇ ਸੱਚਾਈ ਹੈ ਆਟੋਮੈਟਿਕ ਸਾਡੀ ਐਨਰਜੀ, ਸਾਡੇ ਸੋਚ ਵਿਚਾਰ ਪਿਆਰੇ ਉਹਦੇ ਅੰਦਰ ਵੀ ਇਹੋ ਜਿਹੇ ਜਾਣ ਲੱਗ ਪੈਣਗੇ ਕਿ ਇਹਨੂੰ ਮੇਰੇ ਨਾਲ ਪਤਾ ਨਹੀਂ ਕੀ ਪ੍ਰੋਬਲਮ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤੁਹਾਡੀ ਵਾਈਬ੍ਰੇਸ਼ਨ ਦੇ ਨਾਲ ਉਹਨਾਂ ਦੀ ਵਾਈਬ੍ਰੇਸ਼ਨ ਦੇ ਵਿੱਚ ਵੀ ਉਹਨਾਂ ਦੇ ਅੰਦਰ ਵੀ ਆਹ ਚੀਜ਼ ਆਟੋਮੈਟਿਕ ਆਉਣੀ ਸ਼ੁਰੂ ਹੋ ਜਾਏਗੀ ਦੂਜੇ ਪਰਿਵਾਰਕ ਮੈਂਬਰਾਂ ਦੇ ਅੰਦਰ। ਕਦੀ ਵਾਈਬ੍ਰੇਸ਼ਨ ਨੂੰ ਚੈੱਕ ਕਰਨਾ ਹੋਵੇ ਨਾ, ਕਰਕੇ ਵੇਖਣਾ। ਦੋ ਬੂਟੇ ਲਾ ਦਿਓ ਆਪਣੇ ਘਰ ਦੇ ਵਿੱਚ, ਦੋ ਬੂਟੇ, ਬੂਟੇ ਨੂੰ ਪਾਣੀ ਦੇਣ ਲੱਗੋ, ਇੱਕ ਪਰਿਵਾਰਕ ਮੈਂਬਰ ਦੀ ਡਿਊਟੀ ਲਾਓ। ਜਦੋਂ ਬੂਟੇ ਨੂੰ ਪਾਣੀ ਦੇਣਾ, ਕਲਪ ਕੇ ਦੇਣਾ, ਬੁਰਾ ਭਲਾ ਬੋਲਣਾ, ਅਪ ਸ਼ਬਦ ਬੋਲਣੇ ਨੇ, ਤੇ ਇੱਕ ਪਰਿਵਾਰਕ ਮੈਂਬਰ ਦੂਜੇ ਬੂਟੇ ਨੂੰ ਪਾਣੀ ਦੇਵੇ, ਵਾਹ ਕਿੱਡੀ ਪਿਆਰੀ ਮੈਂ ਸੇਵਾ ਕਰ ਰਿਹਾ, ਇਹ ਬੂਟੇ ਨੂੰ ਪਾਲਣਾ, ਕੁਦਰਤ ਨੂੰ ਪਾਲਣਾ, ਗੁਰੂ ਦੀ ਖੁਸ਼ੀ ਲੈਣੀ, ਪਿਆਰ ਮੁਹੱਬਤ 'ਚ ਪਾਣੀ ਦੇਵੇ, ਕੁਝ ਮਹੀਨਿਆਂ ਬਾਅਦ ਰਿਜ਼ਲਟ ਵੇਖਣਾ। ਜਿਸ ਬੂਟੇ ਨੂੰ ਕਲਪ ਕਲਪ ਕੇ ਪਾਣੀ ਦਿੱਤਾ ਜਾ ਰਿਹਾ ਹੋਏਗਾ ਨਾ, ਉਹਦੇ ਅੰਦਰ ਇੰਨੀ ਹਰਿਆਵਲਤਾ ਨਹੀਂ ਆਏਗੀ ਜਿੰਨੀ ਦੂਜੇ ਦੇ ਅੰਦਰ ਆਈ ਹੋਏਗੀ। ਜਿਹਨੂੰ ਪਿਆਰ ਨਾਲ ਪਾਣੀ ਦਿੱਤਾ ਹੋਏਗਾ, ਪਿਆਰ ਨਾਲ ਸਿੰਚਿਆ ਹੋਏਗਾ, ਜਿਹਨੂੰ ਬੱਚਿਆਂ ਵਾਂਗੂ ਪਾਲਿਆ ਹੋਏਗਾ ਨਾ, ਉਹਦੇ ਉੱਤੇ ਜ਼ਿਆਦਾ ਹਰਿਆਵਲ ਹੋਏਗੀ, ਦੂਜਾ ਉਹਦੇ ਮੁਕਾਬਲੇ ਸੁੱਕਿਆ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਵੇਂ ਦੁਨਿਆਵੀ ਬੂਟੇ ਨੂੰ ਕਲਪਨਾ ਦਾ ਪਾਣੀ ਨਹੀਂ ਨਾ ਦੇਣਾ, ਇਸੇ ਤਰ੍ਹਾਂ ਆਪਣੇ ਰਿਸ਼ਤੇ ਨੂੰ ਵੀ ਕਲਪਨਾ ਦਾ ਪਾਣੀ ਨਹੀਂ ਦੇਣਾ, ਕਲਪਨਾ ਦਾ ਨੈਗੇਟਿਵ ਵਾਈਬ੍ਰੇਸ਼ਨ ਦਾ ਪਾਣੀ ਨਹੀਂ ਦੇਣਾ। ਇਹ ਨਹੀਂ ਪਤਾ ਨਹੀਂ ਮੇਰੇ ਨਾਲ ਦੇ ਸਾਥੀ ਨੂੰ ਮੇਰੇ ਨਾਲ ਕੀ ਪ੍ਰੋਬਲਮ ਹੈ, ਜੋ ਕੁਝ ਵੀ ਮੈਂ ਕਰਦਾ ਇਹਨੂੰ ਚੰਗਾ ਹੀ ਨਹੀਂ ਲੱਗਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਘਰ ਤੁਸੀਂ ਰੋਟੀ ਬਣਾ ਰਹੀਆਂ ਜੇ ਭੈਣ, ਹੁਣ ਉਹੋ ਹੀ ਚੀਜ਼ ਰੋਟੀ ਪਕਾਉਂਦਿਆਂ ਪਕਾਉਂਦਿਆਂ ਆ ਜੇ, ਤੇ ਮੇਰੀ ਮਜਬੂਰੀ ਰੋਟੀ ਬਣਾਉਣੀ ਪੈਣੀ ਹੈ, ਇਹ ਤੇ ਮਜਬੂਰੀ ਹੈ। ਹੁਣ ਮਜਬੂਰੀ ਵਾਲੀ ਚੀਜ਼ ਜਦੋਂ ਪਰਿਵਾਰ ਖਾਣਗੇ, ਉਹ ਵੀ ਮਜਬੂਰੀ ਬਣਨਗੇ ਨਾ, ਵਾਈਬ੍ਰੇਸ਼ਨ ਜੋ ਚਲੀ ਗਈ। ਵਾਈਬ੍ਰੇਸ਼ਨ ਦਾ ਬੜਾ ਵੱਡਾ ਤਲਕ ਹੈ, ਜੋ ਕੁਝ ਤੂੰ ਸੋਚਦਾ ਸਾਹਮਣੇ ਵਾਲੇ ਦੇ ਉੱਤੇ ਉਹ ਪ੍ਰਭਾਵ ਪੈਂਦਾ ਹੀ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤਣਾਅ ਵਾਲੀ ਵਾਈਬ੍ਰੇਸ਼ਨ ਨਹੀਂ ਭੇਜਣੀ ਦੂਜਿਆਂ ਵੱਲ, ਮਜਬੂਰੀ ਵਾਲੀ ਵਾਈਬ੍ਰੇਸ਼ਨ ਨਹੀਂ ਭੇਜਣੀ, ਕਲਪਨਾ ਵਾਲੀ, ਚਿੰਤਾ ਵਾਲੀ, ਦੁੱਖਾਂ ਵਾਲੀ ਵਾਈਬ੍ਰੇਸ਼ਨ ਦੂਜੇ ਪਰਿਵਾਰਕ ਮੈਂਬਰਾਂ ਵੱਲ ਨਹੀਂ ਆਪਾਂ ਭੇਜਣੀ। ਹਾਂਜੀ, ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਕਈ ਵਾਰੀ ਇਹ ਮਾਹੌਲ ਅਸੀਂ ਜਿੱਥੇ ਕੰਮ ਕਰਦੇ ਹਾਂ ਉੱਥੇ ਵੀ ਕ੍ਰੀਏਟ ਕਰ ਲੈਂਦੇ ਹਾਂ ਕਿ ਮੇਰੇ ਉੱਤੇ ਵਰਕ ਦਾ ਬੜਾ ਹੀ ਸਟ੍ਰੈਸ ਹੈ, ਮੇਰੇ ਉੱਤੇ ਕੰਮ ਦਾ ਬੜਾ ਹੀ ਸਟ੍ਰੈਸ ਹੈ, ਮੈਨੂੰ ਤੇ ਇੰਨੇ ਮੈਸੇਜ ਸੰਗਤ ਦੇ ਸੁਣਨੇ ਪੈਂਦੇ, ਇੰਨੇ ਫੋਨ ਸੁਣਨੇ ਪੈਂਦੇ, ਇੰਨੇ ਮੈਸੇਜ ਵੇਖਣੇ ਪੈਂਦੇ, ਆਹ ਕੰਮ ਮੇਰੇ ਉੱਤੇ ਕੰਮ ਦਾ ਬੜਾ ਲੋਡ ਹੈ, ਵਰਕ ਦਾ ਬੜਾ ਸਟ੍ਰੈਸ ਹੈ।
ਤੇ ਜਿੱਥੇ ਕੰਮ ਕਰਦੇ ਆ ਕਈ ਵਾਰੀ ਉਹ ਚੀਜ਼ਾਂ ਨੂੰ ਵੀ ਕੋਸਣ ਲੱਗ ਪਏ ਨੇ, ਹਾਏ ਮੈਨੂੰ ਆਉਣਾ ਹੀ ਪੈਂਦਾ ਮਜਬੂਰੀ ਵਿੱਚ, ਕੋਈ ਮੇਰਾ ਸਿਸਟਮ ਇਹੋ ਜਿਹਾ ਬਣ ਜੇ ਆਹ ਚੀਜ਼ ਨੂੰ ਮੈਂ ਲੱਤ ਮਾਰਨੀ ਤੇ ਦੂਜੀ ਥਾਂ ਤੇ ਚਲੇ ਜਾਣਾ। ਖੁਦ ਧੰਨ ਗੁਰੂ ਰਾਮਦਾਸ ਜੀ, ਜਦੋਂ ਏਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਦੇ ਆ ਨਾ, ਆਟੋਮੈਟਿਕ ਸਾਹਮਣੇ ਵਾਲੇ ਦੇ ਅੰਦਰ ਵੀ ਇਹ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹਦੇ ਵੱਲੋਂ ਵੀ ਲੱਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਤੇ ਜਿੱਥੇ ਜਾਂਦੇ ਹੋ ਜਦੋਂ ਇਹੋ ਹੀ ਵਾਈਬ੍ਰੇਸ਼ਨ ਨਾਲ ਜਾਂਦੇ ਹੋ, ਉੱਥੇ ਵੀ ਕਦੀ ਟਿਕ ਕੇ ਨਹੀਂ ਬਹਿ ਸਕੋਗੇ, ਉੱਥੋਂ ਵੀ ਲੱਤਾਂ ਹੀ ਪੈਣਗੀਆਂ। ਹਾਏ ਮੈਨੂੰ ਤੇ ਮਜਬੂਰੀ ਬਸ ਕਰਨਾ ਪੈਣਾ, ਮਜਬੂਰੀ ਬਸ ਆਹ ਕੰਮ ਕਰਨਾ ਪੈਣਾ, ਮੈਨੂੰ ਤੇ ਮਜਬੂਰੀ ਬਸ ਆਹ ਕੰਮ ਕਰਨਾ ਪੈਂਦਾ, ਨਹੀਂ ਤੇ ਮੈਂ ਕਦੀ ਵੀ ਕਰਕੇ ਖੁਸ਼ ਨਾ ਹੋਵਾਂ। ਕਦੀ ਵੀ ਨੈਗੇਟਿਵ ਊਰਜਾ, ਨੈਗੇਟਿਵਿਟੀ ਕਿਸੇ ਵੀ ਪੱਖ ਤੋਂ ਕਿਸੇ ਵੱਲ ਨਹੀਂ ਭੇਜਣੀ, ਇਹ ਮੇਰੀ ਬੇਨਤੀ ਹੈ। ਕਿਤੇ ਵੀ ਇਹ ਨਹੀਂ ਕਿਤੇ ਕੰਮ ਕਰਨ ਜਾ ਰਹੇ, ਇਹ ਨਹੀਂ ਕਿ ਮਜਬੂਰੀ ਵਿੱਚ ਕੰਮ ਕਰਨੇ, ਜਿੱਥੇ ਕੰਮ ਕਰਨ ਜਾ ਰਹੇ ਪਹਿਲੇ ਉਸ ਜਗ੍ਹਾ ਨੂੰ ਮੱਥਾ ਟੇਕੋ, ਮੱਥਾ ਇਹਦੇ ਜਗ੍ਹਾ ਦੇ ਕਰਕੇ ਮੇਰਾ ਪਰਿਵਾਰ ਪਲ ਰਿਹਾ, ਇਸ ਜਗ੍ਹਾ ਦੇ ਕਰਕੇ, ਇਸ ਇਨਸਾਨ ਦੇ ਕਰਕੇ ਕਿੰਨੇ ਪਰਿਵਾਰ ਚੱਲ ਰਹੇ ਨੇ। ਤੇ ਉਹਦੀ ਇੱਕ ਪਾੜ ਜਪਜੀ ਸਾਹਿਬ ਦਾ ਨੇਮ ਵਧਾ ਕੇ ਅਰਦਾਸ ਕਰਿਆ ਕਰੋ, ਦਾਤਿਆ ਇਹਨੂੰ ਹੋਰ ਭਾਗ ਲਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਜਬੂਰੀ ਵਾਲਾ ਪਾਣੀ ਨਹੀਂ ਦੇਣਾ ਰਿਸ਼ਤਿਆਂ ਨੂੰ, ਹੈ ਜੀ, ਸ਼ਿਕਵਿਆਂ ਵਾਲਾ ਗਿਲਿਆਂ ਵਾਲਾ ਪਾਣੀ ਨਹੀਂ ਦੇਣਾ ਆਪਣੇ ਰਿਸ਼ਤਿਆਂ ਨੂੰ। ਹੁਣ ਸਿੱਖਣਾ ਕੀ, ਮੈਂ ਉਸ ਗੱਲ ਤੇ ਆ ਗਿਆ, ਅੱਜ ਸਿੱਖ ਕੇ ਕੀ ਜਾਣਾ, ਮਜਬੂਰੀ ਵਾਲਾ ਪਾਣੀ ਨਹੀਂ, ਸ਼ਿਕਵੇ ਗਿਲੇ ਸ਼ਿਕਵਿਆਂ ਵਾਲਾ ਪਾਣੀ ਨਹੀਂ, ਨੈਗੇਟਿਵ ਵਾਈਬ੍ਰੇਸ਼ਨ ਨਹੀਂ ਭੇਜਣੀ ਪਰਿਵਾਰਕ ਮੈਂਬਰਾਂ ਦੇ ਅੰਦਰ। ਹੁਣ ਅਸੀਂ ਰੋਜ਼ ਕਰਨਾ ਕੀ ਹੈ, ਹੁਣ ਸੁਣਿਓ ਧਿਆਨ ਨਾਲ, ਸਹੀ ਜੀਵਨ ਜਿਉਣ ਲਈ ਦਿਨ ਦੀ ਸ਼ੁਰੂਆਤ ਸ਼ੁਕਰਾਨੇ ਤੋਂ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਕਈ ਵਾਰੀ ਸਵੇਰੇ ਉੱਠਦੇ ਹਾਂ, ਕਹਿੰਦੇ ਆ ਫਲਾਣਾ ਬੰਦਾ ਉਹ ਮੇਰੇ ਮੱਥੇ ਲੱਗ ਗਿਆ, ਫਲਾਣਾ ਬੰਦਾ ਮੇਰੇ ਮੱਥੇ ਲੱਗ ਗਿਆ, ਅੱਜ ਦਾ ਦਿਨ ਤੇ ਸਹੀ ਬੀਤਣਾ ਨਹੀਂ। ਉਹ ਨਹੀਂ ਪਿਆਰੇ, ਉਹ ਇਹੋ ਜਿਹੀਆਂ ਸੋਚਾਂ ਨਹੀਂ ਰੱਖਣੀਆਂ, ਸੋਚ ਦਾ ਵੀ ਅਸਰ ਪੈਂਦਾ ਹੈ। ਸਵੇਰੇ ਉੱਠੋ, ਪਹਿਲੀ ਸੋਚ ਇਹ ਰੱਖੋ, ਕੀ ਸੋਚ, ਕਿ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕੀਤੀ, ਅੱਜ ਦਾ ਦਿਨ ਮੇਰੀ ਝੋਲੀ ਦੇ ਵਿੱਚ ਪਾਇਆ, ਤੁਹਾਡਾ ਸ਼ੁਕਰ ਹੈ। ਸਾਰੇ ਬੋਲੋ, ਤੁਹਾਡਾ ਸ਼ੁਕਰ ਹੈ, ਤੁਹਾਡਾ ਸ਼ੁਕਰ ਹੈ। ਸਭ ਤੋਂ ਪਹਿਲਾ ਥੌਟ ਆਪਣੇ ਅੰਦਰ ਕ੍ਰੀਏਟ ਕਰਨਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸ਼ੁਕਰਾਨਿਆਂ ਦਾ, ਨਹੀਂ ਤੇ ਕਿੰਨੀ ਦੁਨੀਆ ਜਿਹੜੀ ਰਾਤੀ ਸੁੱਤੀ ਸਵੇਰੇ ਉੱਠ ਨਹੀਂ ਪਾਈ। ਅੱਜ ਤੁਸੀਂ ਮੈਨੂੰ ਠਾ ਦਿੱਤਾ, ਇਹ ਤੁਹਾਡਾ ਸ਼ੁਕਰ ਹੈ। ਬੋਲਣਾ ਜੀ, ਇਹ ਤੁਹਾਡਾ ਸ਼ੁਕਰ ਹੈ। ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਫਿਰ ਉੱਚੀ ਸਾਰੀ ਬੋਲੋ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਸਭ ਤੋਂ ਪਹਿਲੀ ਸੋਚ ਆਪਣੇ ਅੰਦਰ ਇਹ ਬਣਾਉਣੀ ਹੈ, ਸ਼ੁਕਰਾਨਿਆਂ ਦੀ ਐਨਰਜੀ ਦੇ ਨਾਲ ਆਪਣੇ ਆਪ ਨੂੰ ਭਰਨਾ ਹੈ ਜੀ। ਸ਼ੁਕਰਾਨਿਆਂ ਦੀ ਐਨਰਜੀ ਨਾਲ ਉਸ ਵੱਡੇ ਨੂੰ ਯਾਦ ਕਰਨਾ, ਛੋਟੀ ਐਨਰਜੀ ਆਪਣੇ ਅੰਦਰ ਨਹੀਂ ਆਉਣ ਦੇਣੀ ਕਿ ਕਿਹੋ ਜਿਹੇ ਰਿਸ਼ਤੇ ਨੇ ਮੇਰੇ, ਸ਼ਿਕਾਇਤਾਂ ਨਹੀਂ ਆਪਣੇ ਅੰਦਰ ਆਉਣ ਦੇਣੀਆਂ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਅਸੀਂ ਸ਼ੁਕਰਾਨਾ ਸ਼ੁਕਰਾਨਾ ਕਰੀ ਜਾਵਾਂਗੇ ਨਾ, ਇਹਦਾ ਹੋਰ ਤਗੜਾ ਲਾਭ ਪਤਾ ਕੀ ਹੋਏਗਾ, ਸਾਡੀ ਆਤਮਾ ਦੀ ਸ਼ਕਤੀ ਦਿਨੋਂ ਦਿਨ ਵੱਧਦੀ ਜਾਏਗੀ। ਆਤਮਾ ਦੀ ਸ਼ਕਤੀ ਕਿਉਂ ਵਧੇਗੀ,
ਕਿ ਜਿਹਦਾ ਅਸੀਂ ਸ਼ੁਕਰਾਨਾ ਕਰ ਰਹੇ ਹਾਂ ਉਹਦੀ ਸ਼ੁਕਰਾਨੇ ਕਰਨ ਵਾਲੇ ਦੀ ਸ਼ਕਤੀ ਵੀ ਸਾਡੀ ਆਤਮਕ ਸ਼ਕਤੀ ਦੇ ਨਾਲ ਰਲਣੀ ਸ਼ੁਰੂ ਹੋ ਜਾਏਗੀ। ਇਹ ਤੇ ਬੱਚਾ ਮੇਰੇ ਸ਼ੁਕਰਾਨੇ ਕਰਦਾ, ਗਿਲੇ ਸ਼ਿਕਵੇ ਤੇ ਕਰਦਾ ਨਹੀਂ, ਇਹ ਕਰਕੇ ਵੇਖਿਓ। ਜਿਹੜੀਆਂ ਚੀਜ਼ਾਂ ਉਹਨੇ ਦਿੱਤੀਆਂ ਉਹਨਾਂ ਦਾ ਤੇ ਸ਼ੁਕਰਾਨਾ ਕਰਨਾ ਹੀ ਹੈ, ਅੱਜ ਟਰਾਈ ਕਰਨਾ। ਜਿਹੜੀ ਚੀਜ਼ ਕਿਤੇ ਇੱਕ ਅੱਧੀ ਸਾਨੂੰ ਨਹੀਂ ਵੀ ਮਿਲੀ ਨਾ ਸਾਡੇ ਕਰਮਾਂ ਕਰਕੇ, ਉਹਦੇ ਘਰ ਤੇ ਦੇਰ ਵੀ ਨਹੀਂ ਅੰਧੇਰ ਵੀ ਨਹੀਂ, ਸਾਡੇ ਕਰਮਾਂ 'ਚ ਢਿੱਲ ਮਿੱਠ ਹੁੰਦੀ ਹੈ। ਜਿਹੜੀਆਂ ਚੀਜ਼ਾਂ ਮਿਲੀਆਂ ਨੇ ਉਹਦਾ ਤੇ ਸ਼ੁਕਰਾਨਾ ਕਰਨਾ ਹੀ ਹੈ, ਤੇ ਜਿਹੜੀ ਇੱਕ ਅੱਧੀ ਨਹੀਂ ਮਿਲੀ ਨਾ, ਇੱਕ ਪਾੜ ਜਪਜੀ ਸਾਹਿਬ ਦਾ ਵਧਾ ਕੇ ਐਡਵਾਂਸ ਵਿੱਚ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ। ਜਾਓ ਗੁਰੂ ਜੀ ਦੀ ਕਿਰਪਾ ਦੇ ਨਾਲ ਕਹਿੰਦਾ, ਜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜਲਦ ਤੋਂ ਜਲਦ ਉਹ ਦਾਤ ਵੀ ਤੁਹਾਨੂੰ ਨਾ ਦੇਣਗੇ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ। ਜਿਹੜੀਆਂ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰਨਾ, ਜਿਹੜੀ ਇੱਕ ਅੱਧੀ ਨਹੀਂ ਦਿੱਤੀ ਉਹਦਾ ਵੀ ਸ਼ੁਕਰਾਨਾ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ। ਇੱਕ ਤੇਲੀ ਤੇ ਪਿਆਰਿਓ ਧੋਬੀ ਸੀ, ਤੇਲੀ ਨੇ ਬਲਦ ਦੇ ਸਹਾਰੇ ਦੇ ਨਾਲ ਤੇਲ ਕੱਢਣਾ ਵੇਚਣਾ, ਬੜਾ ਉਹਦਾ ਕਾਰੋਬਾਰ ਚੱਲਦਾ, ਹਰ ਵੇਲੇ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ। ਤੇ ਜਿਹੜਾ ਧੋਬੀ ਸੀ ਨਾ, ਖੋਤੇ ਦੇ ਉੱਤੇ ਕੱਪੜੇ ਰੱਖ ਕੇ ਕੱਪੜੇ ਪ੍ਰੈਸ ਕਰਨ ਲਈ ਲੈ ਕੇ ਆਉਂਦਾ, ਧੋਣ ਲਈ ਲੋਕਾਂ ਦੇ ਘਰਾਂ ਚੋਂ ਲੈ ਕੇ ਆਉਂਦਾ, ਫਿਰ ਧੋ ਕੇ ਪ੍ਰੈਸ ਕਰਕੇ ਲੋਕਾਂ ਦੇ ਘਰਾਂ ਚ ਪਹੁੰਚਾਉਂਦਾ। ਤੇਲੀ ਹਰ ਵੇਲੇ ਸ਼ੁਕਰਾਨਾ ਕਰਦਾ ਤੇ ਧੋਬੀ ਹਰ ਵੇਲੇ ਤਾਨੇ ਮਿਹਣੇ ਦਿੰਦਾ। ਤੇ ਉਹ ਇੱਕ ਦਿਨ ਵੇਖਦਾ, ਕਹਿੰਦਾ ਮੇਰੀ ਦੁਕਾਨ ਤੇ ਭੀੜ ਲੱਗਦੀ ਕੋਈ ਨੀ, ਤੇਲੀ ਦੇ ਇਸ ਦੁਕਾਨ ਦੇ ਉੱਤੇ ਤੇਲ ਲੈਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ। ਤੇ ਅਣਜਾਣ ਪੁਣੇ ਚ ਕੀਤਾ ਕਿ ਅਰਦਾਸ ਕਰਨੀ ਸ਼ੁਰੂ ਕਰਤੇ, ਕਹਿੰਦਾ ਫੇ ਪਰਮੇਸ਼ਰ ਕਰ ਕਿਰਪਾ ਕਰ ਮੇਰੇ ਇਹ ਤੇਲੀ ਦਾ ਬੈਲ ਫਟਾਫਟ ਮਰੇ ਤੇ ਮੈਂ ਇਹਨੂੰ ਮਿੱਟੀ ਚ ਰੁਲਦਾ ਹੋਇਆ ਵੇਖਾਂ। ਵੇਖੋ ਕਈ ਅਣਜਾਣ ਪੁਣੇ ਚ ਇੱਦਾਂ ਕਰਦੇ ਆ, ਕਦੀ ਏਦਾਂ ਨਹੀਂ ਕਰਨਾ ਚਾਹੀਦਾ। ਜਿਹੜਾ ਦੂਜਿਆਂ ਦੇ ਲਈ ਪਿਆਰੇ ਟੋਆ ਪੁੱਟਦਾ, ਇੱਕ ਦਿਨ ਆਪ ਹੀ ਡਿੱਗਦਾ, ਅੱਜ ਨਹੀਂ ਡਿੱਗੇਗਾ ਤੇ ਕੱਲ ਡਿੱਗੇਗਾ, ਡਿੱਗਣਾ ਤੇ ਹੈ ਹੀ ਹੈ। ਇਹ ਸੱਚਾਈ ਹੈ, ਸੱਚਾਈ। ਕਦੀ ਵੀ ਕਿਸੇ ਦਾ ਬੁਰਾ ਨਾ ਕਰੋ, ਪਰ ਕਾ ਬੁਰਾ ਨਾ ਰੱਖੋ, ਚੀਤ ਤੁਮਕੋ ਦੁੱਖ ਨਹੀਂ ਭਾਈ ਮੀਰ। ਇਸੇ ਲਈ ਸਤਿਗੁਰਾਂ ਨੇ ਸਾਨੂੰ ਇਹ ਸਿਖਾਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਾਰੇ ਬੋਲੋ ਤੇਰੇ ਭਾਣੇ, ਫਿਰ ਬੋਲੋ ਤੇਰੇ ਭਾਣੇ। ਹੁਣ ਉਹ ਧੋਬੀ ਨੇ ਰੋਜ਼ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ। ਰੱਬ ਦਾ ਇਹੋ ਜਿਹਾ ਕਰਮ, ਜਾਂ ਇਹਦਾ ਕੋਈ ਪਿਛਲਾ ਕਰਮਾਂ ਦਾ ਲੇਖਾ ਜੋਖਾ ਸੀ ਧੋਬੀ ਦਾ? ਧੋਬੀ ਦਾ ਜਿਹੜਾ ਖੋਤਾ ਸੀ ਉਹ ਮਰ ਗਿਆ, ਤੇਲੀ ਦਾ ਬੈਲ ਤੇ ਮਰਿਆ ਨਹੀਂ, ਇਹਦਾ ਖੋਤਾ ਮਰ ਗਿਆ। ਤੇ ਅਜੇ ਵੀ ਸਮਝ ਨਹੀਂ ਪਾਇਆ ਪਰਮੇਸ਼ਰ ਨੂੰ। ਕਹਿੰਦਾ ਵਾਹ ਪਰਮੇਸ਼ਰਾ, ਤੈਨੂੰ ਬਲਦ ਵਿੱਚ ਤੇ ਖੋਤੇ ਵਿੱਚ ਫਰਕ ਨਜ਼ਰ ਨਾ ਆਇਆ, ਮਾਰਨਾ ਤੇ ਬੈਲ ਸੀ, ਮਾਰ ਤੂੰ ਮੇਰਾ ਖੋਤਾ ਦਿੱਤਾ। ਤੇ ਜਿਹੜਾ ਤੇਲੀ ਸ਼ੁਕਰਾਨੇ ਕਰਦਾ ਉਹ ਦਿਨੋ ਦਿਨ ਵੱਧਦਾ ਜਾ ਰਿਹਾ, ਤੇ ਜਿਹੜਾ ਤਾਨੇ ਮੇਣੇ ਵਾਲਾ ਉਹ ਦਿਨੋ ਦਿਨ ਘਟਦਾ ਜਾ ਰਿਹਾ। ਇਹ ਮੇਰੀ ਬੇਨਤੀ ਹੈ, ਸ਼ੁਕਰਾਨੇ ਕਰਨੇ ਨੇ ਹਰ ਪਲ ਹਰ ਘੜੀ। ਇਹੋ ਹੀ ਕਹਿਣਾ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਇਹਦਾ ਨਹੀਂ, ਉੱਚੀ ਕਵੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਪਹਿਲੀ ਸੋਚ, ਪਹਿਲਾ ਕੰਮ, ਪਹਿਲਾ ਥੋਟ ਗੁਰ ਪਰਮੇਸ਼ਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ, ਸ਼ਹੀਦ ਸਿੰਘਾਂ ਦਾ, ਮਹਾਂਪੁਰਖਾਂ ਦਾ ਸ਼ੁਕਰਾਨਾ ਸਵੇਰੇ ਉੱਠਦੇ ਆਈ। ਤੇ ਦੂਜਾ ਧੰਨਵਾਦ, ਦੂਜਾ ਸ਼ੁਕਰਾਨਾ ਕਰਨਾ ਆਪਣੇ ਮਨ ਦਾ ਤੇ ਆਪਣੇ ਸਰੀਰ ਦਾ। ਸੁਣਿਓ, ਮੈਂ ਦੋ ਲਫ਼ਜ਼ ਵਰਤੇ ਨੇ, ਆਪਣੇ ਮਨ ਦਾ ਤੇ ਆਪਣੇ ਸਰੀਰ ਦਾ। ਕਦੀ ਵੀ ਆਪਣੇ ਮਨ ਨੂੰ ਕੋਸਣਾ ਨਹੀਂ, ਹਾਏ ਟਿਕਦਾ ਨਹੀਂ, ਹਾਏ ਕਾਕਰ ਨਹੀਂ ਹੁੰਦਾ, ਇਹ ਤਾਂ ਭਟਕਦਾ ਹੀ ਰਹਿੰਦਾ। ਕਦੀ ਕੋਸਿਆ ਨਾ ਕਰੋ ਮਨ ਨੂੰ,
ਜੇ ਨਹੀਂ ਵੀ ਟਿਕਦਾ ਨਾ ਇੱਕ ਪੁੱਤ ਜਪਜੀਤ ਸਾਹਿਬ ਹੋਰ ਵਧਾ ਦਿਓ, ਮਹਾਰਾਜ ਇਹਨੂੰ ਟਿਕਾ, ਕੋਸਣਾ ਨਹੀਂ, ਹਾਏ ਟਿਕਦਾ ਨਹੀਂ, ਹਾਏ ਕਾਗਰ ਨਹੀਂ ਹੁੰਦਾ, ਇਹ ਤੇ ਟਿਕ ਕੇ ਨਹੀਂ ਇੱਕ ਜਗ੍ਹਾ ਬਹਿ ਸਕਦਾ, ਮੇਰੇ ਮੂੰਹ ਤੋਂ ਐਵੇਂ ਗੱਲ ਨਿਕਲ ਜਾਂਦੀ ਹੈ ਕੋਈ ਨਾ ਕੋਈ, ਹਾਂਜੀ ਇਹ ਮਨ ਦੇ ਕਰਕੇ ਮੇਰੇ ਮੂੰਹ ਤੋਂ ਐਵੇਂ ਕੋਈ ਨਾ ਕੋਈ ਗੱਲ ਨਿਕਲ ਜਾਂਦੀ। ਕਦੀ ਵੀ ਇਹੋ ਜਿਹੀਆਂ ਚੀਜ਼ਾਂ ਆਪਣੇ ਅੰਦਰ ਕ੍ਰੀਏਟ ਨਹੀਂ ਕਰਨੀਆਂ, ਸੈਲਫ ਕ੍ਰਿਟਿਸਿਜ਼ਮ ਨਹੀਂ ਕਰਨਾ, ਹਾਂਜੀ ਇਹਦੇ ਨਾਲ ਆਤਮਾ ਦਾ ਨੁਕਸਾਨ ਹੁੰਦਾ ਹੈ, ਨੁਕਸਾਨ। ਧੰਨ ਗੁਰੂ ਰਾਮਦਾਸ ਜੀ, ਇਹਦੇ ਨਾਲ ਆਤਮਕ ਸ਼ਕਤੀ ਦਿਨੋ ਦਿਨ ਘਟਦੀ ਹੈ, ਵੱਧਦੀ ਨਹੀਂ। ਜਦੋਂ ਅਸੀਂ ਆਪਣੇ ਆਪ ਨੂੰ ਕੋਸਦੇ ਹਾਂ, ਮੇਰਾ ਮਨ ਚੰਗਾ ਸੋਚਦਾ, ਇਹ ਸੋਚ ਰੱਖਿਆ ਕਰੋ ਆਪਣੇ ਅੰਦਰ, ਬਹੁਤ ਸਾਰੇ ਉੱਤਮ ਕੰਮ ਕਰਦਾ ਇਹ ਜਿਹੜਾ ਮੇਰਾ ਮਨ ਹੈ ਨਾ, ਇਹ ਮੈਨੂੰ ਹਮੇਸ਼ਾ ਗੁਰੂ ਵੱਲ ਜੁੜਨ ਦੀ ਪ੍ਰੇਰਣਾ ਦਿੰਦਾ, ਭਾਵੇਂ ਨਹੀਂ ਵੀ ਦਿੰਦਾ, ਪਰ ਸੋਚੋ ਏਦਾਂ ਇਹਦੇ ਨਾਲ ਹੋਏਗਾ ਕੀ ਪਿਆਰਿਓ, ਜਿਉਂ ਜਿਉਂ ਸ਼ੁਕਰਾਨਾ ਕਰਦੇ ਜਾਵਾਂਗੇ, ਜਿਉਂ ਜਿਉਂ ਚੰਗੀ ਸੋਚ ਮਨ ਪ੍ਰਤੀ ਵੀ ਬਣਾਵਾਂਗੇ ਨਾ, ਉਨੀ ਗੁਰੂ ਨਾਲ ਨੇੜਤਾ ਮਨ ਵਧਾਈ ਜਾਏਗਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੇ ਆਪਣੇ ਸਰੀਰ ਦਾ ਵੀ ਸ਼ੁਕਰਾਨਾ ਕਰਿਆ ਕਰੋ, ਜੇ ਥੋੜੀ ਬਹੁਤ ਕਿਤੇ ਢਿੱਲ ਮਿੱਠ ਵੀ ਹੈ ਨਾ, ਇਹ ਨਹੀਂ ਹਾਏ ਮੇਰਾ ਸ਼ਰੀਰ, ਹਾਏ ਮੇਰੇ ਗੋਡੇ ਨਹੀਂ ਚੱਲ ਰਹੇ, ਹਾਏ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਮੇਰਾ ਤੇ ਸਿਰ ਪਿੜ ਬੜਾ, ਹਾਏ ਮੇਰਾ ਲੱਕ ਬੜਾ, ਉਹ ਨਹੀਂ ਪਿਆਰਿਓ। ਜੇ ਸਰੀਰ ਵੀ ਕਿਤੇ ਢਿੱਲਾ ਮਿੱਠਾ ਹੈ ਨਾ, ਆਪਣੇ ਦਿਮਾਗ ਨੂੰ ਕਮਾਣ ਦਿਓ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਚੜ੍ਹਦੀ ਕਲਾ, ਮੈਂ ਚੜ੍ਹਦੀ ਕਲਾ, ਉੱਚੀ ਬੋਲੋ ਮੈਂ ਚੜ੍ਹਦੀ ਕਲਾ 'ਚ, ਹੋਰ ਉੱਚੀ ਬੋਲੋ ਮੈਂ ਚੜ੍ਹਦੀ ਕਲਾ 'ਚ, ਇੰਨੀ ਗੱਲ ਢਹਿੰਦੀ ਕਲਾ ਨਾਲ ਨਾ ਕਹੋ, ਮੈਂ ਚੜ੍ਹਦੀ ਕਲਾ 'ਚ, ਬਸ ਆਹ ਆਪਣੇ ਅੰਦਰ ਰੱਖਣਾ, ਮੈਂ ਚੜ੍ਹਦੀ ਕਲਾ 'ਚ, ਸਰੀਰ ਮੇਰਾ ਤੰਦਰੁਸਤ ਹੈ, ਕੋਈ ਗੱਲ ਹੀ ਨਹੀਂ। ਥੋੜਾ ਬਾਲਾ ਸਿਰ ਪੀੜ ਕੀ ਹੋ ਗਿਆ, ਗੋਡੇ ਦੁਖਦੇ ਨੇ ਨਾ, ਮਰਦੇ ਨੀ ਨਾ ਗਏ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮਰੇ ਤੇ ਨੀ ਨਾ, ਸਾਥ ਚੱਲਦੇ ਨੇ, ਸ਼ੁਕਰਾਨਾ ਕਰਨ, ਹਮੇਸ਼ਾ ਪੋਜ਼ਿਟਿਵ ਰਹੋ, ਪੋਜ਼ਿਟਿਵ। ਥੋੜਾ ਬਹੁਤਾ ਲੱਕ ਹੀ ਦੁਖਦਾ ਹੈ ਨਾ, ਬਾਬਾ ਕਿਰਪਾ ਕਰ, ਥੋੜੀ ਬਹੁਤੀ ਦਵਾਈ ਲੈ ਲਓ, ਇੱਕ ਪਾੜ ਜਪਜੀ ਸਾਹਿਬ ਦਾ ਨੇਮ ਵਧਾ ਲਓ, ਬਾਬੇ ਨੇ ਆਪੇ ਰਾਜੀ ਕਰ ਦੇਣਾ, ਹੈਂਜੀ। ਐਵੇਂ ਕੋਸੀ ਜਾਂਦੇ, ਹਾਏ ਸਿਰ ਪੀੜ, ਹਾਏ ਲੱਤਾਂ ਪੀੜ, ਹਾਏ ਗੋਡੇ ਪੀੜ, ਹਾਏ ਆਹ ਨਹੀਂ ਚੱਲਦਾ, ਉਹ ਨਹੀਂ ਚੱਲਦਾ, ਸਰੀਰ ਨੂੰ ਵੀ ਕੋਸਣਾ ਨਹੀਂ, ਸਰੀਰ ਦਾ ਵੀ ਸ਼ੁਕਰਾਨਾ ਕਰਨਾ, ਜਿਹੜੇ ਸਰੀਰ ਦਾ ਸਦਕਾ ਤੂੰ ਗੁਰੂ ਘਰ ਵਿੱਚ ਚੱਲ ਕੇ ਆਉਣਾ, ਜਿਹੜੇ ਸਰੀਰ ਦਾ ਸਦਕਾ ਤੇਰੀ ਨੇੜਤਾ ਵੱਧ ਰਹੀ ਹੈ, ਜਿਹੜੇ ਸਰੀਰ ਦਾ ਸਦਕਾ ਤੂੰ ਕੀਰਤਨ ਕਰਨਾ, ਕੀਰਤਨ ਸੁਣਨਾ, ਕਥਾ ਕਰਨਾ, ਜਿਹੜੇ ਸਰੀਰ ਦਾ ਸਦਕਾ ਤੂੰ ਸਿਮਾਵਾਂ ਨਿਭਾਉਣਾ, ਉਹ ਜਿਹੜੇ ਸਰੀਰ ਦਾ ਸਦਕਾ ਦੋ ਦੋ ਘੰਟੇ ਪੰਜ ਪੰਜ ਘੰਟੇ ਬਹਿ ਕੇ ਸੁਣਦਾ ਹੈ ਕੀਰਤਨ, ਉਹਦਾ ਵੀ ਸ਼ੁਕਰਾਨਾ ਕਰ, ਸ਼ੁਕਰਾਨਾ ਹਰ ਪਲ, ਹਰ ਘੜੀ, ਹਰ ਸਾਹ ਨਾਲ ਸ਼ੁਕਰਾਨਾ। ਤਿੰਨ ਚੀਜ਼ਾਂ ਹੋ ਗਈਆਂ, ਪਹਿਲੇ ਉੱਠਦੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸ਼ਹੀਦ ਸਿੰਘਾਂ ਦਾ ਸ਼ੁਕਰਾਨਾ, ਫਿਰ ਮਨ ਦਾ ਤੇ ਸਰੀਰ ਦਾ ਸ਼ੁਕਰਾਨਾ। ਹੁਣ ਅੱਗੇ ਕਿਹੜੇ ਕਿਹੜੇ ਸ਼ੁਕਰਾਨੇ ਕਰਨੇ ਸਾਰੀ ਦਿਹਾੜੀ 'ਚ, ਜਿਹੜੀਆਂ ਗੱਲਾਂ ਮੈਂ ਕਰ ਰਿਹਾ ਨਾ, ਐਂ ਦੁੱਖਾਂ ਵਿੱਚ ਰਹਿ ਕੇ ਵੀ ਸੁਖੀ ਹੋ ਜਾਓਗੇ, ਕਲਪਨਾ ਮੁੱਕ ਜਾਣੀ ਸਾਰਿਆਂ ਦੀ। ਪੜ੍ਹਿਓ ਪਿਆਰ ਦੇ ਨਾਲ ਭਾਈ ਗੁਰਦਾਸ ਜੀ ਕੀ ਕਹਿ ਰਹੇ, ਉਸ ਤੋਂ ਬਾਅਦ 10-12 ਮਿੰਟ ਮੈਂ ਤੁਹਾਡੇ ਹੋਰ ਲੈਣੇ ਨੇ, ਕਰਿਓ ਕਿਰਪਾ ਪਿਆਰ ਨਾਲ ਇੱਕ ਵਾਰੀ ਸਾਰੇ ਹਾਜ਼ਰੀ ਲਾਇਓ ਜੀ। ਸ਼ੁਕਰਾਨਾ, 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 ਕਾਰਣ ਕਰਤਾ ਜੋ ਕਰੇ, ਕਾਰਣ ਕਰਤਾ ਜੋ ਕਰੇ, ਸਿਰ ਤਰ ਮਨ ਕਰੇ।
ਸ਼ੁਕਰਾਣਾ 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 ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਸ਼ੁਕਰਾਣਾ ਸ਼ੁਕਰਾਣਾ ਗੁਰੂ ਰਾਮਦਾਸ ਤੇਰਾ ਸ਼ੁਕਰਾਣਾ ਵਾਹਿਗੁਰੂ 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 ਸ਼ੁਕਰਾਨੇ ਵਾਹਿਗੁਰੂ ਸੰਗਤ ਬੋਲੇ ਗੁਰੂ ਵਾਹਿਗੁਰੂ 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 ਸ਼ੁਕਰਾਣਾ 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 ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ
ਬਿਲਕੁਲ ਹੁਣ ਥੋੜੇ ਜਿਹੇ ਮਿੰਟ ਧਿਆਨ ਦੇਣਾ। ਪਹਿਲਾ ਸ਼ੁਕਰਾਨਾ ਗੁਰੂ ਰਾਮਦਾਸ ਜੀ ਆਪਣੇ ਰੱਬ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਪਰਮਾਤਮਾ ਦਾ, ਉਹਨੂੰ ਗੋਡ ਕਹਿ ਲਓ, ਪਰਮੇਸ਼ਰ ਕਹਿ ਲਓ, ਰੱਬ ਕਹਿ ਲਓ, ਕੁਝ ਵੀ ਕਹਿ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲਾ ਸ਼ੁਕਰਾਨਾ ਆਪਣੇ ਨਿਰੰਕਾਰ ਦਾਤੇ ਦਾ, ਪਰਮੇਸ਼ਰ ਦਾ, ਰੱਬ ਜੀ ਦਾ। ਦੂਜਾ ਸ਼ੁਕਰਾਨਾ ਆਪਣੇ ਮਨ ਦਾ, ਆਪਣੇ ਮਨ ਨੂੰ ਕਦੀ ਕੋਸਣਾ ਨਹੀਂ। ਤੀਜਾ ਸ਼ੁਕਰਾਨਾ ਆਪਣੇ ਸਰੀਰ ਦਾ। ਤੇ ਸਵੇਰੇ ਉੱਠਦਿਆਂ ਇਹ ਜਿੰਨੇ ਮੈਂ ਕੰਮ ਕਹਿ ਰਿਹਾ ਨਾ, ਵੱਧ ਤੋਂ ਵੱਧ 2 ਜਾਂ 3 ਮਿੰਟ ਲੱਗਣੇ ਨੇ ਸਵੇਰੇ, ਤੇ ਇਹਦੇ ਨਾਲ ਸਾਰਾ ਦਿਨ ਤੁਹਾਡਾ ਆ ਸੁੱਖਾਂ ਨਾਲ ਬਤੀਤ ਹੋਣਾ, ਕਲਪਨਾ ਰਹਿਣੀ ਨਹੀਂ। ਚੌਥਾ ਸ਼ੁਕਰਾਨਾ ਕਰਨਾ ਪਿਆਰਿਓ, ਜਿੰਨੇ ਵੀ ਤੁਹਾਡੇ ਇਰਦ ਗਿਰਦ ਲੋਕ ਨੇ, ਜਿੰਨੇ ਵੀ ਲੋਕ ਤੁਹਾਡੇ ਸੰਪਰਕ 'ਚ ਆਉਂਦੇ ਨੇ ਨਾ, ਉਹਨਾਂ ਦਾ ਸ਼ੁਕਰਾਨਾ ਵੀ ਕਰੋ। ਮੇਰੀ ਪਤਨੀ ਹੈ, ਵੇਖੋ ਮੇਰਾ ਕਿੰਨਾ ਖਿਆਲ ਰੱਖਦੀ, ਭਾਵੇਂ ਨਹੀਂ ਵੀ ਰੱਖਦੀ, ਸੁਣਿਓ, ਮੇਰਾ ਪਤੀ ਹੈ, ਮੇਰਾ ਕਿੰਨਾ ਖਿਆਲ ਰੱਖਦਾ, ਭਾਵੇਂ ਥੋੜ੍ਹੀ ਬਹੁਤ ਕਮੀ ਵੀ, ਕੋਈ ਗੱਲ ਨਹੀਂ। ਮੇਰੇ ਬੱਚੇ ਨੇ ਮੇਰਾ ਕਿੰਨਾ ਸਤਿਕਾਰ ਕਰਦੇ, ਮੇਰੇ ਸਾਥੀ ਨੇ ਕਿੰਨਾ ਮੇਰਾ ਖਿਆਲ ਰੱਖਦੇ, ਕਿੰਨਾ ਮੇਰਾ ਮਾਣ ਕਰਦੇ। ਮੈਨੂੰ ਨਿੱਕੀ ਜਿਹੀ ਗੱਲ ਹੁੰਦੀ, ਮੇਰੇ ਨਾਲੋਂ ਜ਼ਿਆਦਾ ਟੈਨਸ਼ਨ ਇਹਨਾਂ ਨੂੰ ਲੱਗ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੰਨੇ ਤੁਹਾਡੇ ਇਰਦ ਗਿਰਦ ਲੋਕ ਨੇ, ਉਹਨਾਂ ਦਾ ਸ਼ੁਕਰਾਨਾ ਕਰਨਾ ਸਿੱਖ ਲਓ। ਇਹ ਵੀ ਗੱਲ ਪੱਕੀ ਹੈ, ਹਰ ਕੋਈ ਪਰਫੈਕਟ ਨਹੀਂ ਹੁੰਦਾ, ਤੇ ਇਹ ਵੀ ਗੱਲ ਪੱਕੀ ਹਰੇਕ ਬੰਦੇ ਦੇ ਵਿੱਚ ਸਾਰੇ ਔਗਣ ਵੀ ਨਹੀਂ ਹੁੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਈ ਨਾ ਕੋਈ ਗੁਣ ਪਰਮੇਸ਼ਰ ਨੇ ਸਭ ਨੂੰ ਦਿੱਤਾ ਹੁੰਦਾ। ਕਮੀਆਂ ਵੇਖਣ ਤੇ ਆਵਾਂਗੇ ਨੈਗੇਟਿਵਿਟੀ ਵਧੇਗੀ, ਕਮੀਆਂ ਵੇਖਣ ਤੇ ਆਵਾਂਗੇ ਰਿਸ਼ਤਿਆਂ 'ਚ ਦੂਰੀਆਂ ਵਧਣਗੀਆਂ। ਕਮੀਆਂ ਨੇ ਦੇਖੋ, ਗੁਣ ਵੇਖੋ, ਜੇ ਮੇਰੇ ਪਤੀ 'ਚ ਆਹ ਕਮੀ ਹੈ, ਜੇ ਮੇਰੀ ਪਤਨੀ 'ਚ ਇੱਕ ਆਹ ਕਮੀ, ਮੇਰੇ ਬੱਚਿਆਂ 'ਚ ਇੱਕ ਆਹ ਕਮੀ, 99 ਗੁਣ ਵੀ ਤਾਂ ਦਿੱਤੇ ਆ ਰੱਬ ਨੇ। ਜੇ ਮੇਰੇ ਇੱਕ ਸਾਥੀ 'ਚ ਆਹ ਕਮੀ ਲਾਈ ਹੈ, ਉਹ ਸਾਥੀ ਦੇ ਵਿੱਚ 99 ਗੁਣ ਵੀ ਤੇ ਭਰੇ ਹੋਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਤੇ ਜੇ ਕਮੀਆਂ ਵੇਖੀ ਚੱਲੋਗੇ ਨਾ, ਆਟੋਮੈਟਿਕ ਦੂਰੀਆਂ ਵਧਣਗੀਆਂ, ਤੇ ਜੇ ਗੁਣ ਵੇਖਣੇ ਸ਼ੁਰੂ ਕਰੋਗੇ, ਉਹ ਦੂਰੀਆਂ ਘਟਣਗੀਆਂ। ਜਿੰਨੇ ਤੁਹਾਡੇ ਇਰਦ ਗਿਰਦ ਲੋਕ ਨੇ, ਜਿੰਨੇ ਤੁਹਾਡੇ ਸੰਪਰਕ ਵਿੱਚ ਰੋਜ਼ ਆਉਂਦੇ ਨੇ, ਆਪਣੇ ਅੰਦਰ ਪੋਜ਼ਿਟਿਵਿਟੀ ਬਣਾਓ। ਹਾਏ ਕਿੰਨੇ ਚੰਗੇ, ਮੇਰਾ ਕਿੰਨਾ ਹੀ ਖਿਆਲ ਰੱਖਦੇ ਨੇ, ਕਿੱਡੇ ਵਧੀਆ ਨੇ, ਮੇਰਾ ਕਿੰਨਾ ਸਤਿਕਾਰ ਕਰਦੇ ਨੇ, ਮੇਰਾ ਕਿੰਨਾ ਆਦਰ ਮਾਣ ਕਰਦੇ ਨੇ। ਮੈਂ ਇੱਕ ਗੱਲ ਕਹਿੰਦਾ, ਉਸੇ ਵੇਲੇ ਮੰਨਣ ਨੂੰ ਤਿਆਰ ਹੋ ਜਾਂਦੇ, ਉਸੇ ਵੇਲੇ ਭੱਜਣ ਲੱਗ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਪੋਜ਼ਿਟਿਵ ਵਾਈਬ੍ਰੇਸ਼ਨ, ਪੋਜ਼ਿਟਿਵ ਵਾਈਬ੍ਰੇਸ਼ਨ, ਸ਼ੁਕਰਾਨਿਆਂ ਦੀ ਵਾਈਬ੍ਰੇਸ਼ਨ ਭੇਜੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਜ਼ਿਕਰ ਸੁਣਾਇਆ, ਇਹ ਪੋਜ਼ਿਟਿਵਿਟੀ ਦਾ ਅਸਰ ਹੁੰਦਾ ਹੈ, ਵਾਈਬ੍ਰੇਸ਼ਨ ਦਾ ਅਸਰ ਹੁੰਦਾ ਹੈ। 10 ਮਿੰਟ ਹੋਰ ਨੇ, ਬਸ ਟਿਕਾਓ ਵਿੱਚ ਬਹਿਣਾ, ਮੇਰੀ ਬੇਨਤੀ, ਤੁਸੀਂ ਸਾਰੇ ਟਿਕਾਓ 'ਚ ਬੀਂਦੇ ਹੋ, ਮੈਨੂੰ ਪਤਾ ਹੈ, ਕਹਿਣ ਦੀ ਲੋੜ ਨਹੀਂ ਵਾਰ ਵਾਰ ਪੈਂਦੀ। ਪਰ ਜੇ ਇੱਕ ਅੱਧਾ ਪ੍ਰੇਮੀ ਵੀ ਕੋਈ ਇਹੋ ਜਿਹਾ ਬੈਠਾ, ਬਸ ਆ ਟਿਕ ਜਾਓ, ਟਿਕ ਜਾਓ, ਪਤਾ ਨਹੀਂ ਅੱਜ ਗੁਰੂ ਨੇ ਕਿਹੜੀਆਂ ਕਿਹੜੀਆਂ ਰਹਿਮਤਾਂ ਦੇ ਕੇ ਤੋਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਸੁਣਿਓ ਧਿਆਨ ਨਾਲ, ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜ਼ਿਕਰ ਸੁਣਾਇਆ। ਕਹਿੰਦੇ ਇੱਕ ਰਾਜਾ ਰੋਜ਼ ਆਪਣੇ ਨਗਰ ਦਾ ਉਹਨੇ ਚੱਕਰ ਲਾਉਣਾ, ਰੋਜ਼ ਸੈਰ ਕਰਨੀ, ਚੱਕਰ ਲਾਉਣਾ। ਤੇ ਰਾਹ ਦੇ ਵਿੱਚ ਨਾ ਇੱਕ ਝੁੱਗੀ ਸੀ, ਝੌਂਪੜੀ ਸੀ, ਉਹ ਰਾਹ ਦੇ ਵਿੱਚ ਆਉਂਦੀ ਸੀ। ਤੇ ਰਾਜਾ ਨੇ ਇੱਕ ਦਿਨ ਆਪਣੇ ਵਜ਼ੀਰ ਨੂੰ ਪਤਾ ਕੀ ਕਹਿੰਦਾ, ਕਹਿਣ ਲੱਗਾ, ਮੈਂ ਸੈਰ ਕਰਨੀ ਹੁੰਦੀ, ਇਹ ਜਿਹੜੀ ਝੌਂਪੜੀ ਹੈ, ਜਿਹੜਾ ਘਰ ਬਣਿਆ ਨਾ, ਇਹ ਰਾਹ 'ਚ ਰੁਕਾਵਟ ਬਣਦਾ, ਮੇਰਾ ਆਦੇਸ਼, ਮੇਰਾ ਹੁਕਮ, ਥੋੜ੍ਹੇ ਦਿਨਾਂ ਤੱਕ ਇਹ ਝੁੱਗੀ ਨੂੰ ਢਾਹ ਦਿਓ। ਮੈਂ ਸੈਰ ਕਰਨ ਜਾਣੀ ਹੁੰਦੀ, ਮੈਨੂੰ ਘੁੰਮ ਕੇ ਜਾਣਾ ਪੈਂਦਾ, ਸਿੱਧਾ ਇੱਦਾਂ ਰਾਹ ਬਣ ਜਾਏਗਾ, ਇਹਨੂੰ ਢਾਹ ਦਿਓ। ਹੁਣ ਰਾਜਾ ਸੀ, ਉਹਦਾ ਹੁਕਮ ਤਾਂ ਮੰਨਿਆ ਜਾਣਾ ਸੀ, ਪਰ ਵਜ਼ੀਰ ਸੀ ਥੋੜ੍ਹਾ ਸਿਆਣਾ,
ਵੇਖੋ ਸਲਾਹਕਾਰ ਸਿਆਣੇ ਹੋਣ, ਆਲੇ ਦੁਆਲੇ ਵਾਲੇ ਸਿਆਣੇ ਹੋਣ ਤੇ ਫਿਰ ਚੰਗੀਆਂ ਚੰਗੀਆਂ ਚੀਜ਼ਾਂ ਆਟੋਮੈਟਿਕ ਸਾਹਮਣੇ ਆ ਜਾਂਦੀਆਂ। ਬੰਦਾ ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ ਜੇ ਸਲਾਹਕਾਰ ਨਾਲ ਦੇ ਚੰਗੇ ਨਹੀਂ ਨਾ, ਅੱਜ ਨਹੀਂ ਤੇ ਕੱਲ ਉਹ ਡੋਬੀ ਜਾਂਦਾ। ਧੰਨ ਗੁਰੂ ਰਾਮਦਾਸ ਜੀ। ਆਪਣੇ ਇਰਦ ਗਿਰਦ ਚੰਗੇ ਬੰਦੇ ਰੱਖੋ, ਚੰਗੇ ਸਲਾਹਕਾਰ ਰੱਖੋ, ਗੁਰਮੁਖ ਜਨ ਰੱਖੋ, ਉਹ ਸਲਾਹਕਾਰ ਰੱਖੋ ਜਿਹੜੇ ਤੁਹਾਨੂੰ ਨੈਗੇਟਿਵ ਊਰਜਾ ਨਾ ਕਿਸੇ ਦੀ ਦੇਣ, ਤੁਹਾਡੇ ਅੰਦਰ ਪੋਜ਼ਿਟਿਵ ਵਾਈਬਸ ਭੇਜਣ। ਮਹਾਰਾਜ ਜੀ, ਜੇ ਉਹਨੇ ਆਹ ਗਲਤੀ ਕਰਤੀ ਕੋਈ ਗੱਲ ਨਹੀਂ, ਉਹਦੇ 'ਚ ਇੰਨੇ ਗੁਣ ਵੀ ਤੇ ਮੌਜੂਦ ਨੇ ਨਾ। ਹਾਂਜੀ, ਇੰਨੇ ਸਾਲ ਹੋ ਗਏ ਉਹ ਇੱਦਾਂ ਦੇ ਕੰਮ ਕਰਦਾ, ਉਹਦੇ ਅੰਦਰ ਆਹ ਚੀਜ਼ਾਂ ਵੀ ਤੇ ਮੌਜੂਦ ਨੇ ਨਾ। ਆਪਣੇ ਇਰਦ ਗਿਰਦ ਇਹੋ ਜਿਹੇ ਬੰਦੇ ਰੱਖੋ ਜਿਹੜੇ ਤੁਹਾਨੂੰ ਸਹੀ ਰਾਏ ਦੇਣ, ਸਹੀ ਸਲਾਹ ਦੇਣ, ਹਮੇਸ਼ਾ ਤੁਹਾਡੇ ਕੰਨ ਨਾ ਭਰਦੇ ਰਹਿਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਵਜ਼ੀਰ ਸੀ ਬੜਾ ਸਿਆਣਾ, ਰਾਜੇ ਨੇ ਭਾਵੇਂ ਹੁਕਮ ਲਾ ਦਿੱਤਾ ਪਰ ਇਹਨੇ ਇੱਕਦਮ ਝੌਂਪੜੀ ਉਹ ਘਰ ਤੋੜਨ ਦੀ ਕਾਰਵਾਈ ਨਾ ਪਾਈ। ਅਗਲੇ ਦਿਨ ਗਿਆ ਉਹ ਘਰ ਦੇ ਮਾਲਕ ਨੂੰ ਮਿਲਿਆ, ਕਹਿੰਦਾ ਮੈਨੂੰ ਇੱਕ ਗੱਲ ਦੱਸ, ਰੋਜ਼ ਰਾਜਾ ਸੈਰ ਕਰਨ ਆਉਂਦਾ ਇੱਧਰ, ਅੱਜ ਤੱਕ ਰਾਜੇ ਨੇ ਤੇਰਾ ਘਰ ਢਾਉਣ ਦੀ ਗੱਲ ਨਹੀਂ ਕੀਤੀ, ਅੱਜ ਕਰਦਾ ਹੈ, ਸੱਚੀ ਸੱਚੀ ਦੱਸੀ ਤੇਰੇ ਅੰਦਰ ਰਾਜੇ ਪ੍ਰਤੀ ਕੀ ਖਿਆਲ ਚੱਲ ਰਹੇ ਨੇ। ਵੇਖੋ ਸੁਰਤੀ ਦਾ ਤਲਕ, ਵਾਈਬ੍ਰੇਸ਼ਨ ਦਾ ਤਲਕ। ਉਹ ਬੰਦਾ ਨਾ ਵਜ਼ੀਰ ਨੂੰ ਸੱਚ ਦੱਸਣ ਲੱਗ ਪਿਆ, ਕਹਿੰਦਾ ਤੈਨੂੰ ਪਤਾ ਹੈ ਵਜ਼ੀਰ, ਰਾਜਾ ਕੁਝ ਸਮਾਂ ਪਹਿਲੇ ਬਿਮਾਰ ਹੋਇਆ। ਕਹਿੰਦਾ ਹਾਂ। ਕਹਿੰਦਾ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਸੀ ਕਿ ਰਾਜੇ ਨੇ ਬਚਣਾ ਨਹੀਂ। ਕਹਿੰਦਾ ਬਿਲਕੁਲ ਠੀਕ। ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਰਾਜੇ ਨੇ ਮਰਨਾ, ਤੇ ਮੈਂ ਇਰਦ ਗਿਰਦ ਸਾਰੇ ਇਲਾਕੇ 'ਚੋਂ ਨਾ ਚੰਦਨ ਦੀ ਲੱਕੜੀ ਇਕੱਠੀ ਕਰ ਲਈ ਕਿ ਰਾਜੇ ਨੇ ਜਦੋਂ ਮਰਨਾ ਚੰਦਨ ਦੀ ਚਿਖਾ ਉਹਦੀ ਬਣਨੀ ਹੈ, ਚੰਦਨ ਦੀ ਲੱਕੜੀ ਦੇ ਉੱਤੇ ਸਾਰਾ ਸੰਸਕਾਰ ਹੋਣਾ ਉਹਦਾ, ਤੇ ਮੈਂ ਸਾਰੀ ਲੱਕੜੀ ਇਕੱਠੀ ਕਰ ਲਈ ਕਿ ਮਹਿੰਗੇ ਭਾਅ ਕਰਕੇ ਵੇਚਾਂਗੇ। ਪਰ ਵਜ਼ੀਰ ਰਾਜਾ ਤੇ ਹੋ ਗਿਆ ਰਾਜੀ, ਰਾਜਾ ਤੇ ਮਰਿਆ ਹੀ ਨਹੀਂ। ਉਸ ਤੋਂ ਬਾਅਦ ਮੈਂ ਰੋਜ਼ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਕਦੋਂ ਰਾਜਾ ਮਰੇ ਤੇ ਕਦੋਂ ਲੱਕੜ ਵਿਕੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਜ਼ੀਰ ਕਹਿੰਦਾ ਮੈਂ ਸਮਝ ਗਿਆ, ਤੇਰੇ ਅੰਦਰ ਉਹਦੇ ਮਰਨ ਦੀਆਂ ਅਰਦਾਸਾਂ ਸ਼ੁਰੂ ਹੋਈਆਂ ਨੇ, ਉਹਦੇ ਅੰਦਰ ਫਿਰ ਤੇਰੇ ਘਰ ਨੂੰ ਤੋੜਨ ਦੀਆਂ ਅਰਦਾਸਾਂ, ਘਰ ਨੂੰ ਤੋੜਨ ਦੀ ਪਲੈਨਿੰਗ ਆਉਣੀ ਸ਼ੁਰੂ ਹੋ ਗਈ। ਕਹਿੰਦਾ ਮੈਂ ਚਾਹੁੰਦਾ ਤੇਰਾ ਘਰ ਢਾ ਸਕਦਾ ਸੀ ਪਰ ਮੈਂ ਤੇਰਾ ਬੁਰਾ ਨਹੀਂ ਚਾਹੁੰਦਾ। ਇੱਕ ਕੰਮ ਕਰ, ਤੈਨੂੰ ਲੱਕੜਾਂ ਨਾਲ ਮਤਲਬ ਹੈ ਕਿ ਰਾਜੇ ਦੇ ਮਰਨ ਨਾਲ? ਕਹਿੰਦਾ ਲੱਕੜਾਂ ਵਿਕਣ ਨਾਲ ਮਤਲਬ। ਕਹਿੰਦੇ ਆਲਾ ਫੜਮਾਇਆ, ਜਿੰਨੀ ਲੱਕੜੀ ਤੇਰੇ ਕੋਲ ਸਾਰੀ ਮੈਨੂੰ ਦੇ, ਹੁਣ ਜਿਹੜੀ ਰੋਜ਼ ਰਾਜੇ ਦੇ ਮਰਨ ਦੀ ਅਰਦਾਸ ਕਰਦਾ ਨਾ ਉਹਦੀ ਚੜ੍ਹਦੀ ਕਲਾ ਦੀ ਕਰਿਆ ਕਰ। ਕਹਿੰਦਾ ਮੈਨੂੰ ਤੇ ਲੱਕੜੀ ਵਿਕਣ ਨਾਲ ਮਤਲਬ ਸੀ। ਉਹਨੇ ਲੱਕੜ ਖਰੀਦ ਲਈ ਤੇ ਉਹ ਬੰਦੇ ਨੇ ਰੋਜ਼ ਅਰਦਾਸਾਂ ਸ਼ੁਰੂ ਕਰਤੀਆਂ, ਮਹਾਰਾਜ ਰਾਜੇ ਦੀ ਉਮਰ ਵੱਡੀ ਕਰੋ, ਇਹ ਜੁਗ ਜੁਗ ਜੀਵੇ, ਇਹਦਾ ਭਲਾ ਹੋਵੇ, ਇਹ ਹੋਰ ਚੜ੍ਹਦੀ ਕਲਾ 'ਚ ਜਾਵੇ। ਦੋ ਚਾਰ ਦਿਨ ਬੀਤੇ, ਰਾਜਾ ਲੰਘਦਾ ਤੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਇਹ ਘਰ ਨਹੀਂ ਢਾਇਆ? ਕਹਿੰਦਾ ਜੀ ਰੁਝੇਵੇਂ ਹੋਣ ਕਰਕੇ ਮੇਰੇ ਦਿਮਾਗ 'ਚੋਂ ਨਿਕਲ ਗਿਆ, ਕੱਲ੍ਹ ਹੀ ਢਾ ਦਿਆਂਗਾ। ਅਤੇ ਰਾਜਾ ਕਹਿੰਦਾ ਛੱਡ ਯਾਰ, ਕੋਈ ਗੱਲ ਨਹੀਂ, ਇਹ ਘਰ ਨੂੰ ਢਾਉਣ ਦੀ ਕੀ ਲੋੜ ਹੈ, ਆਪਾਂ ਸੈਰ ਹੀ ਕਰਨੀ ਹੁੰਦੀ ਹੈ, ਵੱਲ ਕੇ ਦੋ ਚਾਰ ਕਦਮ ਵੱਧ ਤੁਰ ਲਿਆ ਕਰਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ, ਅਰਦਾਸ ਸ਼ੁਰੂ ਹੋਈ ਮਰਨ ਦੀ ਤੇ ਉਹਨੇ ਘਰ ਢਾਉਣ ਦੀ ਕਾਰਵਾਈ ਪਾਤੀ, ਉੱਧਰ ਅਰਦਾਸ ਸ਼ੁਰੂ ਹੋਈ ਭਲੇ ਦੀ ਤੇ ਰਾਜਾ ਕਹਿੰਦਾ ਚੱਲ ਕੋਈ ਗੱਲ ਨਹੀਂ। ਇਸੇ ਤਰ੍ਹਾਂ ਮੇਰੀ ਬੇਨਤੀ, ਜਿਹੜੇ ਤੁਹਾਡੇ ਇਰਦ ਗਿਰਦ ਨੇ, ਜਿਹੜੇ ਲੋਕ ਤੁਹਾਡੇ ਸੰਪਰਕ 'ਚ ਆਉਂਦੇ ਨੇ, ਜਿਹੜੇ ਆਲੇ ਦੁਆਲੇ ਵਾਲੇ ਨੇ, ਪਿਆਰੇ ਉਹ ਇਹ ਆਪਣੇ ਅੰਦਰ ਖਿਆਲ ਬਣਾਇਆ ਕਰੋ, ਮੇਰਾ ਕਿੰਨਾ ਖਿਆਲ ਰੱਖਦੇ, ਮੇਰਾ ਕਿੰਨਾ ਸਤਿਕਾਰ ਕਰਦੇ, ਮੇਰਾ ਕਿੰਨਾ ਆਦਰ ਕਰਦੇ, ਮੇਰੇ ਨਾਲ ਕਿੰਨੀ ਮੁਹੱਬਤ ਕਰਦੇ ਨੇ, ਮੇਰੇ ਇੱਕ ਸ਼ਬਦ ਦੇ ਉੱਤੇ ਜਾਣ ਦੇਣ ਨੂੰ ਤਿਆਰ ਹੋ ਜਾਂਦੇ ਨੇ। ਭਾਵੇਂ ਸਾਰੇ ਬੰਦਿਆਂ ਵਿੱਚ ਸਾਰੇ ਗੁਣ ਨਹੀਂ ਹੁੰਦੇ, ਤੇ ਇਹ ਵੀ ਗੱਲ ਪੱਕੀ ਹੈ ਸਾਰੇ ਬੰਦਿਆਂ ਵਿੱਚ ਸਾਰੇ ਔਗਣ ਵੀ ਨਹੀਂ ਹੁੰਦੇ। ਹਾਂਜੀ, ਅਸੀਂ ਗੁਣਾਂ ਨਾਲ ਯਾਰੀ ਪਾਉਣੀ ਔਗਣਾਂ ਨਾਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨਾਲ ਅਸੀਂ ਮਿਲਦੇ ਹਾਂ, ਜਿਨ੍ਹਾਂ ਨਾਲ ਕੰਮ ਕਰਦੇ ਹਾਂ, ਪਿਆਰਿਓ ਕਈ ਵਾਰੀ
ਅਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਜ਼ਿਆਦਾ ਉਹਨਾਂ ਨਾਲ ਵਿਚਰਦੇ ਹਾਂ। ਵਰਕ ਪਲੇਸ ਦੇ ਉੱਤੇ ਜਿੱਥੇ ਕਾਰੋਬਾਰ ਕਰਦੇ ਹਾਂ ਉਸ ਜਗ੍ਹਾ ਦੇ ਉੱਤੇ ਅਸੀਂ ਆਪਣੇ ਪਰਿਵਾਰਕ ਜੀਆਂ ਤੋਂ ਵੀ ਜ਼ਿਆਦਾ ਵਿਚਰਦੇ ਹਾਂ। ਅਤੇ ਇਹ ਮੇਰੀ ਬੇਨਤੀ ਹੈ ਪਿਆਰਿਓ, ਜੇ ਅਸੀਂ ਗਲਤੀਆਂ ਹੀ ਵੇਖਣ 'ਤੇ ਆਵਾਂਗੇ ਨਾ ਕਦੀ ਅੱਗੇ ਨਹੀਂ ਵੱਧ ਪਾਵਾਂਗੇ। ਗਲਤੀਆਂ ਨੂੰ ਇਗਨੋਰ ਕਰਨਾ, ਗੁਣਾਂ ਨਾਲ ਯਾਰੀ ਲਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਹੋਏਗਾ ਪਤਾ ਕੀ, ਭਾਵੇਂ ਸਾਹਮਣੇ ਵਾਲਾ ਬਦਲੇ ਨਾ ਬਦਲੇ ਸਾਡਾ ਸੁਭਾਅ ਜ਼ਰੂਰ ਬਦਲਣਾ ਸ਼ੁਰੂ ਹੋ ਜਾਏਗਾ। ਹਾਂਜੀ, ਸਾਡਾ ਸੁਭਾਅ ਗੁਣ ਵੇਖਣ ਵਾਲਾ ਬਣਨਾ ਸ਼ੁਰੂ ਹੋ ਜਾਏਗਾ। ਸਾਡਾ ਸੁਭਾਅ ਦੋਸ਼ ਮੁਕਤ ਹੋ ਜਾਏਗਾ। ਸਾਡਾ ਸੁਭਾਅ ਪਿਆਰਿਓ ਹਮੇਸ਼ਾ ਅੱਛਿਆਈਆਂ ਵੇਖਣ ਵਾਲਾ ਬਣਨਾ ਸ਼ੁਰੂ ਹੋ ਜਾਏਗਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਸ਼ੁਕਰਾਨਾ ਪਹਿਲੇ ਕਿਹਦਾ? ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਦਾ, ਆਪਣੇ ਰੱਬ ਜੀ ਦਾ, ਪਰਮਾਤਮਾ ਦਾ। ਦੂਜਾ ਸ਼ੁਕਰਾਨਾ ਮਨ ਦਾ, ਤੀਜਾ ਸ਼ੁਕਰਾਨਾ ਸਰੀਰ ਦਾ, ਚੌਥਾ ਸ਼ੁਕਰਾਨਾ ਆਪਣੇ ਇਰਦ ਗਿਰਦ ਜਿੰਨੇ ਤੁਹਾਡੇ ਲੋਕ ਨੇ, ਜਿਨ੍ਹਾਂ ਨਾਲ ਮੇਲ ਮਿਲਾਪ ਹੁੰਦਾ, ਜਿਹੜੇ ਤੁਹਾਡਾ ਸਹਿਯੋਗ ਕਰਦੇ ਨੇ, ਜਿਹੜੇ ਤੁਹਾਡੇ ਨਾਲ ਕਾਰੋਬਾਰ ਕਰਦੇ ਨੇ, ਜਿਹੜੇ ਤੁਹਾਡੇ ਨਾਲ ਵਿਚਰਦੇ ਨੇ, ਜਿਹੜੇ ਤੁਹਾਡੀ ਸਪੋਰਟ ਕਰਦੇ ਨੇ, ਉਹਨਾਂ ਦਾ ਸ਼ੁਕਰਾਨਾ ਆਖੋ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਤੇ ਮੇਰੀ ਬੇਨਤੀ ਖਾਸ ਕਰਕੇ ਵਰਕ ਪਲੇਸ ਜਿੱਥੇ ਤੁਸੀਂ ਕੰਮ ਕਰਦੇ ਹੋ ਨਾ, ਭੁੱਲ ਕੇ ਵੀ ਉਸ ਜਗ੍ਹਾ ਨਾਲ ਗੱਦਾਰੀ ਨਹੀਂ ਕਰਨੀ, ਉਸ ਜਗ੍ਹਾ ਦੀ ਨਿੰਦਿਆ ਨਹੀਂ ਕਰਨੀ, ਗੰਗੂ ਬ੍ਰਾਹਮਣ ਨਹੀਂ ਬਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਜਿਸ ਥਾਲੀ 'ਚ ਖਾਧਾ ਉਹਦੇ 'ਚ ਕਦੀ ਵੀ ਛੇਕ ਨਹੀਂ ਕਰਨਾ, ਉਹਦੇ 'ਚ ਛੇਕ ਨਹੀਂ। ਜਿੱਥੋਂ ਤੁਸੀਂ ਲੈ ਕੇ ਆਪਣਾ ਘਰ ਚਲਾ ਰਹੇ ਹੋ, ਜਿੱਥੋਂ ਲੈ ਕੇ ਤੁਸੀਂ ਆਪਣਾ ਪਰਿਵਾਰ ਪਾਲ ਰਹੇ ਹੋ, ਜਿਹਦੇ ਕਰਕੇ ਤੁਹਾਡਾ ਪਰਿਵਾਰ ਪਲਦਾ, ਚਾਰ ਬੰਦਿਆਂ 'ਚ ਬੈਠੋ, ਉਹਦੀ ਤਾਰੀਫ ਕਰੋ, ਉਹਦੀ ਉਸਤਤ ਕਰੋ, ਉਹਦੀ ਵਡਿਆਈ ਕਰੋ ਕਿ ਫਲਾਣੇ ਦੇ ਕਰਕੇ ਮੇਰੇ ਬੱਚੇ ਰੋਟੀ ਖਾ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜਗ੍ਹਾ ਜਿਹੜੀ ਮੇਰਾ ਕਾਰੋਬਾਰ ਪਲੇਸ ਹੈ ਨਾ, ਜਿਹੜਾ ਮੇਰਾ ਵਰਕ ਪਲੇਸ, ਇਹ ਮੇਰੇ ਤਣਾਅ ਦਾ ਕਾਰਨ ਨਹੀਂ ਹੈ, ਮੇਰੀ ਥਕਾਵਟ ਦਾ ਕਾਰਨ ਨਹੀਂ ਹੈ, ਇਹ ਜਗ੍ਹਾ ਮੇਰੀ ਮਜਬੂਰੀ ਨਹੀਂ, ਇੱਥੇ ਆਉਣਾ ਇਹ ਕੰਮ ਕਰਨਾ ਮੇਰੀ ਮਜਬੂਰੀ ਨਹੀਂ, ਇਹ ਤੇ ਮੈਂ ਪਰਮੇਸ਼ਰ ਦੀਆਂ ਦਿੱਤੀਆਂ ਡਿਊਟੀਆਂ ਨਿਭਾ ਰਿਹਾ, ਪਰਮੇਸ਼ਰ ਦੀਆਂ ਦਿੱਤੀਆਂ ਡਿਊਟੀਆਂ ਦੇ ਉੱਤੇ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਕਈ ਵਾਰੀ ਅਸੀਂ ਨਫ਼ਰਤ ਦੇ ਨਾਲ ਆਪਣੇ ਕਾਰੋਬਾਰ ਵਾਲੀ ਜਗ੍ਹਾ ਨੂੰ ਵੀ ਰਿਜੈਕਟ ਕਰਦੇ ਹਾਂ, ਕਈ ਵਾਰੀ ਸ਼ਹਿਰ ਨੂੰ ਵੀ ਕੋਸਦੇ ਰਹਿੰਦੇ, ਸਾਡਾ ਸ਼ਹਿਰ ਨਹੀਂ ਚੰਗਾ, ਪਿੰਡ ਨਹੀਂ ਚੰਗਾ, ਸ਼ਹਿਰ ਨੂੰ ਵੀ ਰਿਜੈਕਟ ਕਰ ਦਿੰਦੇ ਹਾਂ। ਕਈ ਵਾਰੀ ਪਿਆਰਿਓ ਅਸੀਂ ਆਲੇ ਦੁਆਲੇ ਵਾਲੇ ਲੋਕਾਂ ਨੂੰ ਵੀ ਰਿਜੈਕਟ ਕਰਦੇ ਹਾਂ। ਜਦੋਂ ਰਿਜੈਕਟ ਕਰੀ ਜਾਂਦੇ, ਬਾਬਾ ਕਹਿੰਦਾ ਤੂੰ ਸਭ ਨੂੰ ਰਿਜੈਕਟ ਕਰਨਾ, ਤੈਨੂੰ ਮੈਂ ਸਿਲੈਕਟ ਕਿਵੇਂ ਕਰਨਾ, ਤੈਨੂੰ ਵੀ ਮੈਂ ਰਿਜੈਕਟ ਹੀ ਕਰਕੇ ਰੱਖਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਇਹਦੇ ਨਾਲ ਦਿਨੋਂ ਦਿਨ ਤੁਹਾਡੀ ਆਤਮਿਕ ਸ਼ਕਤੀ ਘਟਦੀ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਇਹਦੇ ਨਾਲ ਹੋਏਗਾ ਕਿ ਸਾਡੀ ਲਾਈਫ ਈਜ਼ੀ ਹੋ ਜਾਏਗੀ। ਅਸੀਂ ਕਈ ਵਾਰੀ ਕਹਿੰਦੇ ਮੈਂ ਬੜਾ ਬਿਜ਼ੀ, ਕਦੀ ਨਹੀਂ ਕਹਿਣਾ ਚਾਹੀਦਾ ਮੈਂ ਬੜਾ ਬਿਜ਼ੀ ਹਾਂ, ਕਿਆ ਕਰੋ ਮੈਂ ਈਜ਼ੀ ਹਾਂ, ਈਜ਼ੀ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਸਾਡੇ ਨਾਲ ਚੰਗਾ ਵਿਹਾਰ ਕਰਦੇ ਨੇ ਸ਼ੁਕਰਾਨਾ ਉਹਨਾਂ ਦਾ ਵੀ, ਤੇ ਜਿਹੜੇ ਸਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਸ਼ੁਕਰਾਨਾ ਉਹਨਾਂ ਦਾ ਵੀ, ਕਿਉਂਕਿ ਉਹ ਸਾਨੂੰ ਸੁਚੇਤ ਕਰਦੇ ਨੇ, ਸੁਚੇਤ, ਉਹ ਸਾਨੂੰ ਮਾੜੇ ਕਰਮਾਂ ਤੋਂ ਸੁਚੇਤ ਕਰਦੇ ਨੇ। ਚੰਗਾ ਵਿਹਾਰ ਜਿਹੜਾ ਨਹੀਂ ਕਰਦੇ ਉਹ ਸਾਨੂੰ ਜਿਉਣ ਦੀ ਜਾਚ ਸਿਖਾ ਦਿੰਦੇ ਨੇ। ਸੱਚੀ ਗੱਲ ਹੈ, ਨੈਗੇਟਿਵ ਤੋਂ ਬਿਨਾਂ ਪੋਜ਼ਿਟਿਵ ਦੀ ਕਦਰ ਪੈ ਹੀ ਨਹੀਂ ਸਕਦੀ।
ਨੈਗੇਟਿਵਿਟੀ ਤੋਂ ਬਿਨਾਂ ਪੋਜ਼ਿਟਿਵਿਟੀ ਦੀ ਕਦਰ ਪਏਗੀ ਨਹੀਂ। ਜਿਹੜੇ ਸਾਡੇ ਨਾਲ ਦੁਰਵਿਹਾਰ ਵੀ ਕਰਦੇ ਨੇ ਨਾ, ਉਹਨਾਂ ਦਾ ਵੀ ਸ਼ੁਕਰਾਨਾ ਕਰਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਆਖੋ ਧੰਨ ਬਾਬਾ ਦੀਪ ਸਿੰਘ। ਹਰ ਪਲ ਹਰ ਘੜੀ ਉਹਦਾ ਸ਼ੁਕਰਾਨਾ ਕਰਨਾ ਸਿੱਖ ਲਈਏ। ਆਓ ਇੱਕ ਵਾਰੀ ਇਹ ਪੰਕਤੀਆਂ ਦੁਹਰਾਓ। ਕੀਰਤਨ ਦੀ ਸਮਾਪਤੀ ਭੁੱਲ ਚੁੱਕ ਦੀ ਤੁਸੀਂ ਖਿਮਾ ਕਰ ਦੇਣਾ। ਕੀਰਤਨ ਭੇਡ ਜਿੰਨੀ ਤੁਸੀਂ ਮਾਇਆ ਦਿੰਦੇ ਹੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਮੈਂ ਲਾਈਵ ਵਾਲਿਆਂ ਨੂੰ ਵੀ ਬੇਨਤੀ ਕਰਦਾ, ਜਿਹੜੇ ਵੇਖਦੇ ਜਦੋਂ ਅੰਮ੍ਰਿਤਸਰ ਸਾਹਿਬ ਆਓ, ਦੋ ਚਾਰ ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਵੇਖੋ ਤੁਹਾਡੀ ਦਿੱਤੀ ਮਾਇਆ ਲੱਗਦੀ ਕਿੱਥੇ। ਬਾਬੇ ਨਾਨਕ ਦੀ ਰਸੋਈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਚਲਦੀ ਫਿਰਦੀ ਰਸੋਈ, ਉਹਦੇ ਨਾਲ ਵੱਖ ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ, ਨਾਲ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਟਿਫਨ ਸੇਵਾ ਬਜ਼ੁਰਗ ਨੇ ਜਿਹੜੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਬੱਚਿਆਂ ਨੇ ਉਹਨਾਂ ਦੇ ਘਰਾਂ ਵਿੱਚ ਦੋ ਵੇਲੇ ਦਾ ਲੰਗਰ ਪੈਕ ਕਰਕੇ ਪਹੁੰਚਾਇਆ ਜਾਂਦਾ। ਇਹ ਤੋਂ ਇਲਾਵਾ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ, ਉਹ ਸੇਵਾ। ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ। ਸਰਵਾਈਕਲ ਵਰਗੀਆਂ ਪ੍ਰੋਬਲਮਾਂ ਦਾ ਕਿਤੋਂ ਹੱਲ ਨਹੀਂ ਹੁੰਦਾ, ਇੱਥੇ ਹੋ ਜਾਂਦਾ। ਹੋਰ ਮਹਾਰਾਜ ਜੀ ਦੀ ਮਿਹਰ ਨਾਲ ਜਿਹੜੇ ਰੋਗ ਕਈ ਕਈ ਹਫ਼ਤੇ ਬਾਹਰ ਲੱਗ ਜਾਂਦੇ ਠੀਕ ਹੋਣ 'ਤੇ, ਇੱਥੇ ਕਈ ਦਿਨਾਂ 'ਚ ਠੀਕ ਹੋ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਹੌਸਪੀਟਲ 'ਚ। ਇਹ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ ਦੁਨਿਆਵੀ ਵੀ ਪਰਮਾਰਥ ਦੀ ਵੀ। CBSE ਸਕੂਲ, ਬਾਹਰਲੇ ਸਕੂਲਾਂ 'ਚ ਰੇਟ ਪਤਾ ਕਰਕੇ ਫਿਰ ਇੱਥੇ ਆਇਆ ਕਰੋ, ਤੁਹਾਨੂੰ ਆਪੇ ਪਤਾ ਲੱਗ ਜਾਏ। ਕਈ ਕਹਿੰਦੇ ਨਾ ਜੀ, ਸਭ ਕੁਝ ਹੋਣ ਦੇ ਬਾਵਜੂਦ ਜੀ ਸਾਨੂੰ ਲੈਸ ਕਰ ਦਿਓ, ਸਾਨੂੰ ਆਹ ਕਰ ਦਿਓ। ਜਦੋਂ ਇੱਥੇ ਆ ਕੇ ਵੇਖੋਗੇ ਕਈ ਗੁਣਾ ਲੈਸ ਹੀ ਦਿੱਤੀ ਜਾ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਕੂਲ ਚੱਲ ਰਿਹਾ ਤੁਹਾਡੀਆਂ ਸੀਸਾਂ ਨਾਲ, ਨਾਲ ਦੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਬਣ ਰਹੇ ਆ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਵੱਡਾ ਦੀਵਾਨ ਹਾਲ ਬਣ ਰਿਹਾ। ਇਹ ਸਾਰੀ ਮਾਇਆ ਜੋ ਤੁਸੀਂ ਦਿੰਦੇ ਇਹ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਔਰ TV ਸਕਰੀਨ ਦੇ ਉੱਤੇ, ਕਿਉਂਕਿ 1.5-2 ਸਾਲਾਂ ਤੋਂ 3 ਸਾਲਾਂ ਤੋਂ ਜਦੋਂ ਦਾ ਪ੍ਰੋਗਰਾਮ ਸਾਡਾ ਸ਼ੁਰੂ ਹੋਇਆ, ਉਦੋਂ ਦਾ ਇੱਕ ਸਕੈਨ ਕੋਡ ਚੱਲਦਾ ਸੀ ਨਾਲ ਸਾਡਾ ਸ਼ੁਰੂਆਤ ਤੋਂ ਹੀ, ਅਤੇ ਕੁਝ ਕਾਰਨ ਕਰਕੇ ਕੁਝ ਮਹੀਨਿਆਂ ਤੋਂ 6-7 ਮਹੀਨਿਆਂ ਤੋਂ ਅਸੀਂ ਉਹ ਬੰਦ ਕਰਤਾ ਸੀ। ਕਈ ਸਕੈਨ ਕਰਨ ਵਿੱਚ ਪ੍ਰੋਬਲਮ ਹੁੰਦੀ ਸੀ ਕਈਆਂ ਨੂੰ, ਅਤੇ ਇਹ ਦੁਬਾਰਾ ਲਾਈਵ ਦੇ ਵਿੱਚ ਇੱਕ ਕੋਡ ਚੱਲ ਰਿਹਾ, ਬਾਰ ਕੋਡ ਚੱਲ ਰਿਹਾ, QR ਕੋਡ ਚੱਲ ਰਿਹਾ। ਇਹਨੂੰ ਸਕੈਨ ਕਰਕੇ ਤੁਸੀਂ ਸੇਵਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਿੱਧੀ ਟਰੱਸਟ ਵਿੱਚ 1 ਸੈਕਿੰਡ ਵਿੱਚ ਭੇਜ ਸਕਦੇ ਹੋ। ਅਤੇ ਅਜੇ ਥੋੜ੍ਹੀ ਜਿਹੀ ਪ੍ਰੋਬਲਮ ਚੱਲ ਰਹੀ, 1000 ਤੋਂ ਵੱਧ ਸੇਵਾ ਨਹੀਂ ਆ ਰਹੀ, ਉਹ 2-4 ਦਿਨਾਂ ਤੱਕ ਮਸਲਾ ਹੱਲ ਹੋ ਜਾਏਗਾ। ਮੰਨ ਲਓ ਵੱਧ ਸੇਵਾ ਕਰਨੀ, ਉਹ 4 ਵਾਰੀ ਕਰ ਲਓ, ਜਿਹਨੇ 4000 ਸੇਵਾ ਕਰਨੀ, 5000 ਕਰਨੀ 5 ਵਾਰੀ ਕਰ ਲਓ, ਮਿੰਟ 2 ਹੀ ਲੱਗਣੇ ਨੇ। ਅਤੇ ਇਹ ਜਿੰਨੀ ਸੇਵਾ ਤੁਸੀਂ ਇਹ ਟਰੱਸਟ ਨੂੰ ਭੇਜਦੇ ਹੋ, ਭੇਜਣ ਤੋਂ ਬਾਅਦ ਮੈਂ ਅੱਗੇ ਵੀ ਜਿਵੇਂ ਰੋਜ਼ ਕਹਿੰਦਾ ਕਿ ਆਪਣਾ ਜੋ ਨਾਮ ਅਤੇ ਆਪਣਾ ਐਡਰੈਸ ਵਟਸਐਪ ਸਾਨੂੰ ਜ਼ਰੂਰ ਕਰ ਦਿਆ ਕਰੋ, ਰਸੀਦ ਅਤੇ ਸਤਿਕਾਰ ਤੁਹਾਨੂੰ ਮਿਲ ਜਾਇਆ ਕਰੇਗਾ। ਇਹ ਬੇਨਤੀਆਂ ਪ੍ਰਵਾਨ ਕਰਿਓ। ਬਾਕੀ ਅੱਜ ਦੇ ਲੰਗਰਾਂ ਦੀ ਸੇਵਾ, ਪਵਨਦੀਪ ਸਿੰਘ ਜੀ ਦਿੱਲੀ ਤੋਂ, ਬੜਾ ਪਿਆਰ ਵਾਲਾ ਪਰਿਵਾਰ ਹੈ, ਹਰ ਐਤਵਾਰ ਅਤੇ ਐਤਵਾਰ ਸੇਵਾ 'ਚ ਹਿੱਸਾ ਪਾਉਂਦਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਭਗਤਾਂ ਪਾਉਣ। ਡੌਲੀ ਕੌਰ ਜੀ ਇਹ ਲੰਗਰਾਂ ਵਿੱਚ, ਇਹ ਵੀ ਬੜਾ ਪਿਆਰ ਵਾਲਾ, ਡੌਲੀ ਭੈਣ ਜੀ ਇਹ ਪਿਆਰ ਵਾਲਾ ਪਰਿਵਾਰ, ਇਹਨਾਂ ਨੇ ਵੀ ਹਿੱਸਾ ਪਾਇਆ। ਜਸ਼ਨਪ੍ਰੀਤ ਕੌਰ ਅਜਨਾਲੇ ਤੋਂ, ਅਮਰਜੀਤ ਸਿੰਘ ਕਪੂਰਥਲੇ ਤੋਂ, ਗੁਰਪ੍ਰੀਤ ਸਿੰਘ ਅੰਮ੍ਰਿਤਸਰ, ਰੁਪਿੰਦਰ ਕੌਰ ਅੰਮ੍ਰਿਤਸਰ ਤੋਂ, ਇਹ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਰੀ ਸੰਗਤ ਪਿਆਰ 'ਚ ਆਪਣੇ ਇਹ ਪਰਿਵਾਰਕ ਮੈਂਬਰਾਂ ਦੀ ਕਰਦੇ ਹੋਏ ਇੱਕ ਜਕਾਰੇ ਦੇ ਰੂਪ ਦੇ ਵਿੱਚ ਸਾਰੇ ਦੇ ਦਿਓ ਸੀਸ ਜੀ। ਬੋਲੇ
ਸੋਨਿਹਾਲ ਸ੍ਰੀ ਅਕਾਲ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਚ ਹਿੱਸਾ ਪਾਇਆ ਗੁਰੂ ਰਾਮਦਾਸ ਬਰਕਤ ਪਾਉਣ ਤੇ ਇਹ ਕਿਤਾਬ ਬਾਰ ਸਟਾਲ ਲੱਗੇ ਆ ਕੁਦਰਤ ਕੇ ਸਭ ਬੰਦੇ, ਜਿਹੜੇ ਪ੍ਰੇਮੀ ਕਿਤਾਬ ਪੜ੍ਹਨਾ ਚਾਹੁੰਦੇ ਹੋਣ ਇਹ ਜ਼ਰੂਰ ਬਾਹਰੋਂ ਲੈ ਕੇ ਜਾਇਓ, ਤੇ ਜਿਹੜੇ ਘਰਾਂ 'ਚ ਮੰਗਵਾਉਣਾ ਚਾਹੁੰਦੇ ਹੋਣ ਬਾਏ ਕੋਰੀਅਰ ਤੁਸੀਂ ਮੰਗਵਾ ਸਕਦੇ ਹੋ, ਜੋ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਜਾਂ ਇਸ ਨੰਬਰ 'ਤੇ 9896-07-004 ਇਹ ਨੰਬਰ 9896-07-004 ਇਹਦੇ ਉੱਤੇ ਤੁਸੀਂ ਫੋਨ ਕਰਕੇ ਕਿਤਾਬ ਵੀ ਮੰਗਵਾ ਸਕਦੇ ਹੋ। ਇਹ ਜਿਹੜੀਆਂ ਚਿੱਪਾਂ ਨੇ, ਵਾਹਿਗੁਰੂ ਤੇਰਾ ਸ਼ੁਕਰ ਹੈ, ਜਾਪ ਚੱਲਦਾ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ, ਹਰ ਵੇਲੇ ਤੁਹਾਡੇ ਘਰ 'ਚ ਇਹ ਗੂੰਜ ਉੱਠਦੀ ਹੈ, ਨਾਲ ਜਪਜੀ ਸਾਹਿਬ ਤੇ ਚੁਪਈ ਸਾਹਿਬ ਦੇ ਪਾਠ ਦੀ ਚਿੱਪ ਹੈ। ਹਰ ਵੇਲੇ ਆਪਣੇ ਘਰਾਂ ਦੇ ਵਿੱਚ ਬਾਣੀ ਦੀਆਂ ਚਿੱਪਾਂ ਲਾਓ, ਤੁਹਾਡੇ ਘਰਾਂ ਦੀ ਵਾਈਬ੍ਰੇਸ਼ਨ ਉਹੋ ਜਿਹੀ ਬਣੀ ਰਹੇ। ਪੈਨ ਡਰਾਈਵਾਂ ਦਾ ਵੀ ਸਟਾਲ ਲੱਗਿਆ, ਗੱਡੀਆਂ 'ਚ ਲਾਉਣ ਵਾਸਤੇ ਆਪ ਜੀ ਪੁੱਤਰੋਂ ਲੈ ਕੇ ਜਾ ਸਕਦੇ, ਤੇ ਕੋਰੀਅਰ ਦੇ ਰਾਹੀਂ ਮੰਗਵਾਉਣ ਲਈ 9896-07-004 ਨੰਬਰ ਇਹਦੇ 'ਤੇ ਸੰਪਰਕ ਕਰ ਲੈਣਾ। ਤੇ ਇਹ ਲਾਸਟ ਬੇਨਤੀ ਸੁਣ ਲਓ, ਇਹ ਡੋਨਰ ਫਾਰਮ ਨੇ ਜਿਹੜੇ ਲਾਈਵ ਵੇਖਦੇ ਧਿਆਨ ਨਾਲ ਸੁਣਿਓ, ਇਹ ਡੋਨਰ ਫਾਰਮ ਬਣਾਏ ਹੋਏ ਨੇ ਆਪਾਂ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰੱਸਟ ਨੂੰ ਭੇਜਣੀ ਭੇਜਣੀ। 9896-07-005 ਜਿਹੜਾ ਦੂਜੇ ਕਿਤਾਬਾਂ ਮੰਗਵਾਉਣ ਵਾਸਤੇ ਨੰਬਰ ਹੈ ਉਹ 4 ਹੈ, ਇਹ 005 ਹੈ ਲਾਸਟ ਤੇ, 9896-07-005 ਇਸ ਨੰਬਰ 'ਤੇ ਸੰਪਰਕ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਭਾਵੇਂ 100 ਰੁਪਈਆ ਹਰ ਮਹੀਨੇ ਕੱਢੋ, 500 ਕੱਢੋ, 1000, ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਨਾਲ ਜਾਰੀ ਰਹਿਣ। ਇੱਕ ਵਾਰੀ ਅਖੀਰ 'ਤੇ ਕਹਿ ਦਿਓ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਸ਼ੁਕਰ ਹੈ, ਅਨੰਤ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਅਨੰਦ ਸਿੰਘ ਜੀ ਦਾ, ਤੁਹਾਡਾ ਰੱਬ ਰੂਪ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਾਰੀ ਇਹ ਸੇਵਾ ਲਈ। ਆਓ ਬੜੇ ਪਿਆਰ ਦੇ ਨਾਲ ਇੱਕ ਵਾਰੀ ਪੰਕਤੀ ਰਿਪੀਟ ਕਰੋ, ਫਿਰ ਅਨੰਦ ਸਾਹਿਬ ਜੀ ਦਾ ਪਾਠ ਸਾਰੇ ਆਪਾਂ ਰਸਨਾ ਪਵਿੱਤਰ ਕਰਾਂਗੇ ਜੀ, ਕਰਿਓ ਕਿਰਪਾ। ਸ਼ੁਕਰ ਹੈ ਤੁਹਾਡਾ, ਸ਼ੁਕਰ ਬਾਬਾ ਦੀਪ ਸਿੰਘ ਜੀ ਤੁਹਾਡਾ, ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ, ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ, ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ, ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ, ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ, ਸ਼ੁਕਰ ਹੈ ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ।
ਸ਼ੁਕਰਾਨਾ ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ 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 ਸਮਾਪਤੀ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਅਨੰਦ ਸਾਹਿਬ ਅਰਦਾਸ ਵਿੱਚ ਆਪਣੀ ਆਪਣੀ ਅਰਜ਼ੀਆਂ ਸਭ ਨੇ ਲਾਉਣੀਆਂ ਰੋਜ਼ਾਨਾ ਦੀ ਰੁਟੀਨ ਪੱਕੀ ਕਰ ਲਓ ਤਿੰਨ ਤੋਂ ਚਾਰ ਦੁਪਹਿਰੀ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ ਤਿੰਨ ਵੇਲੇ ਰੋਜ਼ ਮੈਂ ਤੁਹਾਡੇ ਘਰਾਂ 'ਚ ਆਉਂਦਾ ਤਿੰਨੇ ਵੇਲੇ ਜੁੜਿਆ ਕਰੋ ਜਿੰਨਾ ਲਾਹਾ ਖੱਟ ਸਕਦੇ ਹੋ ਖੱਟੋ ਇਹੋ ਹੀ ਮੇਨ ਲਾਹਾ ਲੈਣ ਵਾਸਤੇ ਆਏ ਭਾਈ ਪ੍ਰਾਪਤ ਮਾਂ ਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੇ ਤੇਰੀ ਬਰੀ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਵੱਧ ਤੋਂ ਵੱਧ ਜਿੰਨੇ ਲਾਹੇ ਸੰਗਤ ਦੇ ਖੱਟ ਸਕਦੇ ਖੱਟਿਆ ਕਰੋ ਆਓ ਅਨੰਦ ਸਾਹਿਬ ਦਾ ਪਾਠ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੈ ਕਿ ਗਰਮੀ ਬਹੁਤ ਹੈ ਸਭ ਨੂੰ ਪਤਾ ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ ਅਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ ਵੱਡੇ ਕੂਲਰ ਅਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਇੱਕ ਕੂਲਰ ਆਉਂਦਾ ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ ਅਤੇ ਇਹ ਮੇਰੀ ਬੇਨਤੀ ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਕੋਈ ਕਰਨੀ ਚਾਹੇ ਸਕੈਨ ਕੋਡ ਚੱਲ ਰਿਹਾ ਟੀਵੀ ਸਕਰੀਨ ਦੇ ਉੱਤੇ ਮੋਬਾਈਲਾਂ ਦੇ ਉੱਤੇ ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ ਤਾਂ ਜੋ ਰਸੀਦ ਸਤਿਕਾਰ ਤੁਹਾਨੂੰ ਭੇਜਿਆ ਜਾਵੇ ਕਈ ਵਾਰੀ ਕਿਊ ਆਰ ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ 1000 ਰੁਪਏ ਤੋਂ ਵੱਧ ਨਹੀਂ ਪੈਂਦੀ ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ ਉਹ ਤੁਹਾਨੂੰ ਉਹ ਜਿਹੜਾ ਸਕੈਨ 25 ਵਾਰੀ ਕਰਨਾ ਪੈਣਾ ਹੈ 2 ਮਿੰਟ ਦਾ ਕੰਮ 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ ਜੋ ਕਿਊ ਆਰ ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ ਅਤੇ ਕੋਈ ਪ੍ਰੇਮੀ ਇੱਕ ਕੂਲਰ ਦੀ 2 ਕੂਲਰਾਂ ਦੀ ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ ਉਹਨਾਂ 'ਚ ਪਾ ਦਿਓ ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ ਜਿਵੇਂ ਤੁਹਾਡਾ ਦਿਲ ਕਰੇ ਅੱਜ ਭਾਵੇਂ ਕੱਲ੍ਹ ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਆਪਣੀ ਭੇਜ ਦੇਣਾ ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ ਇਹ ਤਾਂ ਬਾਬਾ ਜਾਣਦਾ ਆਖੋ ਧੰਨ ਬਾਬਾ ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ ਸੰਗਤ ਨੂੰ ਠੰਡਕ ਪਹੁੰਚੇ ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ ਅਤੇ ਇਹ ਮੇਰੀ ਬੇਨਤੀ ਪ੍ਰਮਾਣ ਜ਼ਰੂਰ ਕਰਿਓ ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸਿੰਘ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ
ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ
ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ, ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ, 9815-9813-98150-89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9877-59-09-004, 9875-9-09-004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ,
ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ, ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9879009004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।